ਸ੍ਰੀ ਵਾਹਿਗੁਰੂ ਸਾਹਿਬ ਜੀਓ। ਮੂਕ ਉਚਰੈ ਸ਼ਾਸਤਰ ਖੱਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ, ਵਰਨ ਸਕੈ ਜੋ ਮਹਿਮਾ ਤਿਹਾਰੀ। ਹਮ ਨਾ ਕਰ ਸਕਤ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਪਦਦ ਪਾਵਨ ਭਗਤ ਵਛਲ ਕਿਰਪਾ ਨਿਧਾਨ, ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਚਵਰ ਛਤਰ ਦੇ ਮਾਲਕ, ਗੁਰਤਾ ਗੱਦੀ ਤੇ ਸਭਾਇਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਰਬੱਤ ਸੰਗਤ ਬੜੇ ਪ੍ਰੇਮ ਦੇ ਨਾਲ ਮਹਾਂਪੁਰਸ਼ ਬ੍ਰਹਮ ਗਿਆਨੀ ਤਪ ਬੇਤੇ ਨਾਮ ਰਸੀਏ ਧੰਨ ਧੰਨ ਬਾਬਾ ਜਵਾਹਰਦਾਸ ਜੀ ਦੇ ਪਵਿੱਤਰ ਸਥਾਨਾਂ ਤੇ ਵਿਸਾਖ ਦੀ ਸੰਗਰਾਂਦ ਖਾਲਸੇ ਦਾ ਸਾਜਨਾ ਦਿਵਸ, ਵਿਸਾਖੀ ਦੇ ਦਿਹਾੜੇ ਤੇ ਬੜੇ ਪ੍ਰੇਮ ਦੇ ਨਾਲ ਹਾਜ਼ਰੀਆਂ ਭਰ ਕੇ ਜੀਵਨ ਸਫਲਾ ਬਣਾ ਰਹੇ ਹੋ। ਇੱਕ ਵਾਰੀ ਸਾਰੀਆਂ ਸੰਗਤਾਂ ਰਸਨਾ ਕਰੋ, ਪਵਿੱਤਰ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਤਿਹਾਸ ਕੌਮਾਂ ਦੇ ਚਾਨਣ ਮਨਾਰੇ ਹੁੰਦੇ ਨੇ, ਇਸ ਦੀ ਰੌਸ਼ਨੀ ਦੇ ਵਿੱਚ ਕਿਸੇ ਵੀ ਕੌਮ ਦਾ ਤੁਸੀਂ ਪਿਛੋਕੜ ਦੇਖ ਸਕਦੇ ਹੋ। ਪਿਛੋਕੜ ਨੂੰ ਦੇਖ ਕੇ ਆਉਣ ਵਾਲੇ ਸਮੇਂ ਦਾ ਵੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਵੀ ਇਹ ਕੌਮ ਨੇ ਪਿੱਛੇ ਇਹ ਕੰਮ ਕੀਤੇ ਸੀ ਅਤੇ ਗਾਂਹ ਆਸ ਹੈ ਵੀ ਇਹ ਕਰ ਸਕਦੀ ਹੈ। ਸਮੇਂ ਦਾ ਆਪਣਾ ਸੁਭਾਅ ਹੈ, ਆਉਂਦਾ ਹੈ, ਤੁਰਿਆ ਜਾਂਦਾ ਹੈ,
ਬਦਲਦਾ ਰਹਿੰਦਾ ਹੈ। ਜਿਨ੍ਹਾਂ ਕੌਮਾਂ ਦਾ ਇਤਿਹਾਸ ਨਹੀਂ ਉਹ ਕੌਮਾਂ ਬਿਲਕੁਲ ਮੁਰਦਾ ਹੁੰਦੀਆਂ ਨੇ ਤੇ ਦੂਸਰੀਆਂ ਕੌਮਾਂ ਜਦ ਮਰਜ਼ੀ ਆਪਣਾ ਪ੍ਰਭਾਵ ਦਿਖਾ ਕੇ ਉਹਨਾਂ ਨੂੰ ਆਪਣੇ ਵਿੱਚ ਸਮਾ ਲੈਂਦੀਆਂ ਨੇ। ਪਰ ਜਿਸ ਕੌਮ ਦਾ ਮਾਣ ਮੱਤਾ ਇਤਿਹਾਸ ਹੋਵੇ, ਕੁਰਬਾਨੀਆਂ ਹੋਣ, ਇਹੋ ਜਿਹੀਆਂ ਉਦਾਹਰਨਾਂ ਹੋਣ, ਜਿਹੋ ਜਿਹੀ ਕੁਰਬਾਨੀ ਹੋਰ ਕਿਸੇ ਕੌਮ ਪਾਸ ਨਾ ਹੋਵੇ ਤਾਂ ਉਸ ਮਾਣ ਮੱਤੇ ਇਤਿਹਾਸ ਉੱਤੇ ਮਾਣ ਕਰਕੇ ਉਹ ਕੌਮਾਂ ਸਦਾ ਹੀ ਸੰਸਾਰ ਦੇ ਵਿੱਚ ਜਿਉਂਦੀਆਂ ਰਹਿੰਦੀਆਂ ਹਨ। ਤੇ ਆਪਣੇ ਵੱਡੇ ਵਡੇਰਿਆਂ ਦੀਆਂ ਕਥਾ ਕਹਾਣੀਆਂ ਗਾਹੇ ਵਗਾਹੇ ਕਰਦੀਆਂ ਰਹਿੰਦੀਆਂ ਨੇ। ਖਾਲਸਾ ਸ਼ਬਦ ਜਿਹੜਾ ਹੈ ਇਸ ਸ਼ਬਦ ਦੇ ਮਾਇਨੇ ਵਿਦਵਾਨਾਂ ਨੇ ਕੀਤੇ ਨੇ ਕਿ ਬਾਦਸ਼ਾਹ ਦਾ ਆਪਣਾ, ਜਿਵੇਂ ਦੀਵਾਨ ਟੋਡਰ ਮੱਲ ਨੇ ਬਾਦਸ਼ਾਹ ਅਕਬਰ ਦੇ ਵੇਲੇ ਚਾਰ ਹਿੱਸਿਆਂ ਦੇ ਵਿੱਚ ਜ਼ਮੀਨ ਦੀ ਵੰਡ ਕੀਤੀ ਸੀ। ਇੱਕ ਪ੍ਰੌਂਤੀ, ਦੂਸਰੀ ਛੱਜਰ, ਤੀਸਰੀ ਪੋਲਜ ਤੇ ਚੌਥੀ ਬੰਜਰ। ਉਹਨੇ ਚਾਰ ਹਿੱਸਿਆਂ 'ਚ ਹਿੰਦੁਸਤਾਨ ਦੀ ਧਰਤੀ ਵੰਡੀ ਸੀ। ਇੱਕ ਉਹਨੇ ਪੰਜਵਾਂ ਹਿੱਸਾ ਬਾਦਸ਼ਾਹ ਵਾਸਤੇ ਰੱਖਿਆ ਸੀ, ਜਿਸ ਜ਼ਮੀਨ ਨੂੰ ਖਾਲਸਾ ਜ਼ਮੀਨ ਕਿਹਾ ਜਾਂਦਾ ਹੈ, ਜਿਸ ਦਾ ਭਾਵ ਇਹ ਹੁੰਦਾ ਵੀ ਉਸ ਜ਼ਮੀਨ ਤੇ ਕੋਈ ਟੈਕਸ ਨਹੀਂ ਲੱਗਦਾ, ਉਹ ਜ਼ਮੀਨ ਸਿੱਧੀ ਬਾਦਸ਼ਾਹ ਦੇ ਅਧੀਨ ਹੁੰਦੀ ਹੈ, ਉਹਦੀ ਪੈਦਾਇਸ਼ ਬਾਦਸ਼ਾਹ ਕੋਲੇ ਪਹੁੰਚਦੀ ਆ ਤੇ ਬਾਦਸ਼ਾਹ ਹੀ ਉਹਦਾ ਰਖਵਾਲਾ ਹੈ, ਹੋਰ ਕਿਸੇ ਦਾ ਵਿੱਚ ਕੋਈ ਲੈਣਾ ਦੇਣਾ ਨਹੀਂ। ਉਹਨੂੰ ਕਹਿੰਦੇ ਖਾਲਸਾ ਜ਼ਮੀਨ, ਧਰਤੀ ਦਾ ਹਿੱਸਾ। ਇਸੇ ਤਰ੍ਹਾਂ ਖਾਲਸੇ ਦੀ ਸਾਜਣਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੀਤੀ। ਉਹ ਸਿੱਖ, ਉਹ ਸੰਗਤ, ਉਹ ਧਰਮੀ ਲੋਕ ਜਿਨ੍ਹਾਂ ਦਾ ਸਿੱਧਾ ਸੰਬੰਧ ਵਾਹਿਗੁਰੂ ਪਰਮੇਸ਼ਰ ਨਾਲ ਹੋਵੇ, ਜਿਹੜਾ ਸੱਚਾ ਪਾਤਸ਼ਾਹ ਹੈ, ਜਿਨ੍ਹਾਂ ਉੱਤੇ ਕਿਸੇ ਤਰ੍ਹਾਂ ਦੀ ਜੰਮ ਜਗਾਤੀ ਦਾ ਡੰਨ ਨਾ ਲੱਗੇ, ਉਹ ਕਿਸੇ ਹੋਰ ਦੀ ਪੂਜਾ ਨਾ ਕਰਨ, ਕਿਸੇ ਹੋਰ ਨੂੰ ਨਾ ਮੰਨਣ ਤੇ ਸਿਰਫ ਵਾਹਿਗੁਰੂ ਦੇ ਵਿੱਚ ਯਕੀਨ ਰੱਖਣ, ਉਸ ਸਿੱਖ ਸੰਗਤ ਨੂੰ ਖਾਲਸੇ ਦਾ ਨਾਮ ਦਿੱਤਾ ਗਿਆ। ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਇਹ ਜਿਹੜੀ ਵਿਚਾਰ ਹੈ ਵੀ ਖਾਲਸਾ ਸਿੱਧਾ ਪਰਮਾਤਮਾ ਵੱਲੋਂ ਥਾਪਿਆ ਹੈ, ਇਹਦੇ ਪ੍ਰਮਾਣ ਵੀ ਨੇ, ਉਦਾਹਰਨ ਵੀ ਹੈ।
ਤਾਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਜਿਹੜੇ ਦੂਸਰੇ ਭਾਈ ਗੁਰਦਾਸ ਸਿੰਘ ਜੀ ਵੀ ਕਹਿ ਦਿੰਦੇ ਮੰਨੇ ਜਾਂਦੇ ਹਨ, ਉਹਨਾਂ ਨੇ ਆਪਣੀਆਂ ਵਾਰਾਂ ਵਿੱਚ ਲਿਖਿਆ ਨਾਨਕ ਨਿਰਭਉ ਨਿਰੰਕਾਰ ਵਿੱਚ ਸਿੱਧਾ ਖੇਲਾ, ਜਿਹਦਾ ਸਿਰਪ ਤੇ ਸਿਰਪ ਨਿਰੰਕਾਰ ਦੇ ਨਾਲ ਸੰਬੰਧ ਹੈ, ਸਿੱਧਾ ਰੱਬ ਦੇ ਨਾਲ ਸੰਬੰਧ ਹੈ, ਗੁਰੂ ਸਾਹਿਬ ਨਾਲ ਸੰਬੰਧ ਹੈ। ਜਾਂ ਪ੍ਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਭਾਈ ਰਤਨ ਸਿੰਘ ਜੀ ਭੰਗੂ ਲਿਖਦੇ ਖਾਲਸਾ ਕੌਣ ਹੈ, ਉਹ ਲਿਖਦੇ ਖਾਲਸਾ ਹੋਵੇ ਖੁਦ ਖੁਦਾ। ਖਾਲਸਾ ਸੁਤੰਤਰ ਆ, ਕਿਸੇ ਦੇ ਅਧੀਨ ਨਹੀਂ। ਜਿਮ ਖੂਬੀ ਖੂਬ ਖੁਦਾਏ, ਆਨ ਨਾ ਮਾਨੇ ਆਨ ਕੀ ਇੱਕ ਸੱਚੇ ਬਿਨ ਪਾਤਸ਼ਾਹ। ਉਹਨਾਂ ਖਾਲਸੇ ਦੀ ਵਿਆਖਿਆ ਕਰਦੇ ਹੋਏ ਪਵਿੱਤਰ ਬਚਨ ਉਚਾਰਨ ਕੀਤੇ। ਸਵਾਲ ਪੈਦਾ ਹੁੰਦਾ ਜੀ, ਖਾਲਸਾ ਬਣਦਾ ਕਿੱਦਾਂ ਹੈ, ਖਾਲਸਾ ਪੈਦਾ ਕਿੱਦਾਂ ਹੁੰਦਾ ਹੈ, ਖਾਲਸਾ ਬਣਦਾ ਕਿੱਦਾਂ ਹੈ, ਖਾਲਸੇ ਦੇ ਗੁਣ ਆਉਂਦੇ ਕਿੱਦਾਂ ਨੇ, ਭਾਵ ਖਾਲਸੇ ਦੀ ਰਹਿਤ ਕੀ ਹੈ। ਖਾਲਸਾ ਬਣਨ ਵਾਸਤੇ ਹਰੇਕ ਸਿੱਖ ਨੂੰ ਜ਼ਰੂਰੀ ਹੈ ਵੀ ਉਹ ਪੰਜਾਂ ਨੂੰ ਧਾਰਨ ਕਰੇ ਅਤੇ ਚਾਰਾਂ ਨੂੰ ਛੱਡੇ। ਪੰਜ ਕਿਹੜੇ ਧਾਰਨ ਕਰੇ? ਇੱਕ ਤਾਂ ਕੇਸਾ ਧਾਰੀ ਹੋਵੇ, ਦੂਸਰਾ ਕਸ਼ਹਿਰਾ ਧਾਰਨ ਕਰੇ, ਤੀਸਰਾ ਕੜਾ, ਚੌਥਾ ਕੰਘਾ, ਤੇ ਸ੍ਰੀ ਸਾਹਿਬ ਨੂੰ ਸਦਾ ਅੰਗ ਸੰਗ ਆਪਣੇ ਰੱਖੇ, ਸ਼ਸਤਰ ਦਾ ਵਸਾ ਨਾ ਖਾਵੇ। ਇਹ ਪੰਜਾਂ ਚੀਜ਼ਾਂ ਨੂੰ ਧਾਰਨ ਕਰੇ ਤੇ ਚਾਰ ਛੱਡੇ। ਸਭ ਤੋਂ ਪਹਿਲਾਂ ਕੇਸ ਕੱਟਣੇ, ਦੂਸਰਾ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਂਕੇ ਉੱਪਰ ਕਿਸੇ ਨਾ ਜਾਣਾ, ਇਹਦਾ ਤਿਆਗ ਕਰੇ। ਅਪਾਖਿਆ ਦੇ ਕੁੱਠੇ ਨੂੰ ਮਾਸ ਨੂੰ ਨਾ ਖਾਵੇ, ਇਹਦੇ ਵਿੱਚ ਹੀ ਨਸ਼ੇ ਵੀ ਆ ਜਾਂਦੇ ਨੇ ਸ਼ਰਾਬ ਆਦਿਕ, ਉਹਨਾਂ ਨੂੰ ਛੱਡੇ। ਤੀਸਰਾ ਤੰਬਾਕੂ ਦੀ ਵਰਤੋਂ ਨਾ ਕਰੇ। ਚੌਥਾ ਪਰਾਈ ਇਸਤਰੀ ਦਾ ਸੰਗ ਨਾ ਕਰੇ। ਇਹ ਚਾਰ ਬੱਜਰ ਕ੍ਰਹਿਤਾਂ ਨੂੰ ਜ਼ਿੰਦਗੀ 'ਚ ਨਾ ਕਰੇ ਅਤੇ ਪੰਜਾਂ ਨੂੰ ਧਾਰਨ ਕਰੇ। ਇਹਦਾ ਵਿਸਥਾਰ ਬਹੁਤ ਜ਼ਿਆਦਾ ਹੈ। ਰਹਿਤ ਮਰਿਆਦਾ ਦੀ ਪੋਥੀ ਦਮਦਮੀ ਟਕਸਾਲ ਵੱਲੋਂ ਛਪੀ, ਉਹਦੇ 'ਚ ਬੜੇ ਵਿਸਥਾਰ ਨਾਲ ਲਿਖਿਆ। ਰਹਿਤ ਮਹਾਰਾਜ ਨੂੰ ਇੰਨੀ ਪਿਆਰੀ ਹੈ, ਮਰਿਆਦਾ ਇੰਨੀ ਪਿਆਰੀ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਲਿਖਦੇ ਨੇ, ਕਹਿੰਦੇ ਨੇ, ਉਹਨਾਂ ਦੇ ਬਚਨ ਅੰਕਿਤ ਕੀਤੇ ਨੇ ਕਿ ਸਿੱਖਾ ਤੂੰ ਮੈਨੂੰ ਪਿਆਰਾ ਨਹੀਂ, ਮੈਨੂੰ ਤੇਰੀ ਰਹਿਤ ਪਿਆਰੀ, ਮੈਨੂੰ ਤੇਰੀ ਮਰਿਆਦਾ ਪਿਆਰੀ ਹੈ, ਤੇਰਾ ਕਰੈਕਟਰ ਪਿਆਰਾ ਹੈ।
ਆਪ ਜੀ ਦੇ ਬੜੇ ਪਵਿੱਤਰ ਬਚਨ ਨੇ, ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ। ਇਤਿਹਾਸ ਦੇ ਵਿੱਚ ਇੱਕ ਬੜੀ ਸੁੰਦਰ ਗਾਥਾ ਆਉਂਦੀ ਹੈ, ਜਿਵੇਂ ਆਪਾਂ ਧੰਨ ਬਾਬਾ ਜਵਾਹਰ ਦਾਸ ਜੀ ਦੇ ਪਵਿੱਤਰ ਸਥਾਨ ਤੇ ਬੈਠੇ ਹਾਂ, ਇਹਨਾਂ ਦੀ ਪਰੰਪਰਾ ਵਿੱਚੋਂ ਇੱਕ ਮਹਾਤਮਾ ਹੋਏ, ਸਾਧੂ ਹੋਏ, ਬਾਬਾ ਪ੍ਰੇਮ ਦਾਸ, ਉਦਾਸੀ ਸਾਧੂ ਸਨ। ਬਾਬਾ ਜੀ ਬਾਰੇ ਵੀ ਦੱਸਿਆ ਜਾਂਦਾ ਕਿ ਬਾਬਾ ਜਵਾਹਰ ਦਾਸ ਜੀ ਉਦਾਸੀ ਸਾਧੂ ਸਨ, ਤੇ ਉਦਾਸੀ ਸਾਧੂ ਸੰਤਾਂ ਦਾ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਬੜਾ ਤੇਜ ਪ੍ਰਤਾਪ ਰਿਹਾ ਹੈ। ਇਹਨਾਂ ਦੇ ਬੜੇ ਬੜੇ ਜਥੇ ਗੁਰੂ ਸਾਹਿਬਾਂ ਦੇ ਨਾਲ ਰਹਿੰਦੇ ਰਹੇ। ਬਾਬਾ ਪ੍ਰੇਮ ਦਾਸ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਸੇਵਾ ਕਰਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਤੋਂ ਜਾਣ ਦੀ ਆਗਿਆ ਮੰਗੀ, ਸਤਿਗੁਰੂ ਆਗਿਆ ਦੇਣ ਲੱਗੇ। ਜਦੋਂ ਸਿਰੋਪਾਉ ਦਿੱਤਾ ਤੇ ਤੋਰਨ ਲੱਗੇ ਨਾ ਭਾਈ ਪ੍ਰੇਮ ਦਾਸ ਉਦਾਸੀ ਨੂੰ, ਸੰਤ ਨੂੰ, ਤੇ ਸਤਿਗੁਰਾਂ ਨੂੰ ਉਹਨਾਂ ਨੇ ਦੋਵੇਂ ਹੱਥ ਜੋੜ ਕੇ ਗਲ 'ਚ ਪੱਲਾ ਪਾ ਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ, ਗਰੀਬ ਨਵਾਜ, ਵੀ ਮੈਂ ਤੇਰਾ ਸਿੱਖ ਹਾਂ ਤੇ ਮੇਰਾ ਨਿਯਮ ਹੈ ਵੀ ਜਿੰਨਾ ਚਿਰ ਮੈਂ ਆਪ ਜੀ ਦੇ ਦਰਸ਼ਨ ਨਾ ਕਰਲਾ ਉਹਨਾਂ ਚਿਰ ਅੰਨ ਪਾਣੀ ਮੂੰਹ 'ਚ ਨਹੀਂ ਪਾਉਂਦਾ, ਤੇ ਤੁਸੀਂ ਵੀ ਚੱਲੇ ਹੋ ਤੇ ਮੈਨੂੰ ਵੀ ਹੁਣ ਤੁਸੀਂ ਆਗਿਆ ਦੇ ਦਿੱਤੀ ਹੈ ਜਾਣ ਦੀ, ਤੇ ਮੈਂ ਫਿਰ ਜਦੋਂ ਚਲੇ ਗਿਆ ਤੇ ਮੇਰਾ ਨਿਯਮ ਟੁੱਟ ਜਾਵੇਗਾ। ਮੇਰਾ ਨਿਯਮ ਕਿਸ ਤਰ੍ਹਾਂ ਪੂਰਾ ਹੋਵੇਗਾ? ਸਤਿਗੁਰੂ ਕਹਿਣ ਲੱਗੇ, ਭਾਈ ਪ੍ਰੇਮ ਦਾਸ ਨੂੰ, ਸੰਤ ਨੂੰ ਕਹਿਣ ਲੱਗੇ ਕਿ ਸੰਤ ਜੀ, ਤੁਸੀਂ ਕਿਸੇ ਤਿਆਰ ਬੁਰ ਤਿਆਰ, ਜਿਹੜਾ ਮਰਿਆਦਾ 'ਚ ਪੱਕਾ, ਰਹਿਤ ਬਹਿਤ 'ਚ ਪੱਕਾ ਸਿੱਖ ਆ, ਉਹਦੇ ਦਰਸ਼ਨ ਕਰ ਲਿਆ ਕਰੀ, ਤੈਨੂੰ ਮੇਰੇ ਦਰਸ਼ਨਾਂ ਦਾ ਫਲ ਪ੍ਰਾਪਤ ਹੋਵੇ। ਉਹਦੇ ਮੱਥੇ ਲੱਗ ਜਾਇਆ ਕਰੀ ਤੇ ਤੈਨੂੰ ਮੇਰੇ ਦਰਸ਼ਨਾਂ ਦੀ ਦਾਤ ਪ੍ਰਾਪਤ ਹੋਵੇਗੀ। ਸੰਤ ਪ੍ਰੇਮ ਦਾਸ ਜੀ ਕਹਿਣ ਲੱਗੇ ਗਰੀਬ ਨਵਾਜ, ਜੇ ਮੰਨ ਲਓ ਵੀ ਸਿੱਖ ਮੈਨੂੰ ਏਦਾਂ ਦਾ ਮਿਲਿਆ ਹੀ ਨਾ, ਤੇ ਫੇਰ ਤੇ ਮੇਰਾ ਨਿਯਮ ਟੁੱਟ ਜਾਵੇਗਾ ਨਾ, ਫੇਰ ਤੇ ਉਸ ਦਿਨ ਮੈਂ ਤੇਰੇ ਦਰਸ਼ਨਾਂ ਤੋਂ ਵਾਂਝਾ ਰਹਿ ਗਿਆ। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ, ਸੰਤ ਪ੍ਰੇਮ ਦਾਸ ਜੀ, ਤੁਹਾਡਾ ਦਾੜਾ ਬਹੁਤ ਸੋਹਣਾ ਹੈ। ਬਾਬੇ ਪ੍ਰੇਮ ਦਾਸ ਦਾ ਦਾੜਾ ਕਹਿੰਦੇ ਬੜਾ ਲੰਮਾ ਤੇ ਬੜਾ ਸੋਹਣਾ ਸੀ। ਜਿੱਦਣ ਕੋਈ ਨਾ ਮਿਲੇ, ਉਦਣ ਭਜਨ ਕਰਕੇ, ਸਿਮਰਨ ਕਰਕੇ ਆਪਦਾ ਦਾੜਾ ਵੇਖ ਲਿਆ ਕਰੀ, ਤੈਨੂੰ ਮੇਰੇ ਦਰਸ਼ਨ ਹੋਣਗੇ। ਇੱਥੋਂ ਹਿਸਾਬ ਲਾ ਲਓ ਕਿ ਕਲਗੀ ਧਰ ਦਾ ਰਹਿਤ ਨਾਲ ਕਿੰਨਾ ਪ੍ਰੇਮ ਹੈ।
ਸਤਿਗੁਰੂ ਕੀ ਕਹਿੰਦੇ, ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਰਹਿਤ ਬਿਨਾ ਨਾ ਸਿੱਖ ਖਾਏ, ਰਹਿਤ ਬਿਨਾ ਦਰ ਝੂਟਾ ਖਾਏ। ਜੇ ਤੇ ਰਹਿਤ ਮਰਿਆਦਾ ਰੱਖ ਲਵੇ ਤੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਤੂੰ ਮੇਰਾ ਮਾਲਕ ਤੇ ਮੈਂ ਤੇਰਾ ਨੌਕਰ, ਤੇਰੇ ਨੌਕਰ ਬਣ ਕੇ ਕੰਮ ਕਰੂੰਗਾ। ਤੇ ਜੇ ਤੂੰ ਰਹਿਤ ਨਾ ਰੱਖੀ ਤੇ ਫਿਰ ਦਰ ਦਰ ਤੇ ਧੱਕੇ ਖਾਂਦਾ ਫਿਰੇ। ਰਹਿਤਨਾਮਿਆਂ ਦੇ ਬਚਨ ਨੇ, ਰਹਿਤ ਬਹਿਤ ਜੈ ਪਾਂਚੋ ਮਿਲੇ, ਮਮ ਸਰੂਪ ਸੋ ਜਾਨੋ ਪਲੇ। ਇਹ ਕੀ ਆ? ਖਾਲਸੇ ਦੀ ਰਹਿਤ, ਖਾਲਸੇ ਦੀ ਮਰਿਆਦਾ। ਇਹੋ ਜਿਹਾ ਖਾਲਸਾ ਪੰਥ ਮਹਾਰਾਜ ਨੇ ਪ੍ਰਗਟ ਕਿੱਦਾਂ ਕੀਤਾ, ਸਾਜਿਆ ਕਿੱਦਾਂ, ਥੋੜ੍ਹਾ ਜਿਹਾ ਇਹਦੀ ਵੀ ਵਿਚਾਰ ਕਰ ਲਈਏ। ਭਾਵੇਂ ਕਿ ਆਪ ਸੰਗਤਾਂ ਬੜੇ ਲੰਬੇ ਚਿਰ ਤੋਂ ਹਾਜ਼ਰੀ ਭਰ ਰਹੇ ਹੋ, ਧੰਨ ਗੁਰੂ ਗੋਬਿੰਦ ਸਿੰਘ ਜੀ ਆਪਣੀ ਬਾਣੀ ਵਿੱਚ ਲਿਖਦੇ ਨੇ ਕਿ ਜਦੋਂ ਮੈਂ ਸੰਸਾਰ ਦੇ ਵਿੱਚ ਆਇਆ ਤਾਂ ਪਰਮੇਸ਼ਰ ਵਾਹਿਗੁਰੂ ਨੇ ਮੈਨੂੰ ਕੁਝ ਨਿਸ਼ਾਨੇ ਦਿੱਤੇ, ਪਰਮੇਸ਼ਰ ਵਾਹਿਗੁਰੂ ਨੇ ਕੁਝ ਕਰਮ ਮੈਨੂੰ ਦੱਸੇ ਨੇ। ਉਹ ਕਿਹੜੇ ਕਿਹੜੇ ਕਰਮ ਨੇ? ਧਰਮ ਚਲਾਵਨ, ਸੰਤ ਉਵਾਰਨ, ਦੁਸ਼ਟ ਸਭਨ ਕੋ ਮੂਲ ਉਵਾਰਨ। ਜੇ ਕਿਤੇ ਤੁਸੀਂ ਬਚਿੱਤਰ ਨਾਟਕ ਪੜ੍ਹੋ, ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ, ਉਹਨਾਂ ਨੇ ਸਪਸ਼ਟ ਲਿਖਿਆ ਵੀ ਮੈਂ ਦੁਨੀਆਂ 'ਚ ਕਾਹਦੇ ਵਾਸਤੇ ਆਇਆ। ਆਪ ਜੀ ਲਿਖਦੇ ਨੇ ਵੀ ਮੈਂ ਆਪਣਾ ਸੁੱਤ ਤੋਹੇ ਨਵਾਜਾ, ਪੰਥ ਪਰਚੁਰ ਕਰਬੇ ਕੋ ਸਾਜਾ। ਤੁਹਾਨੂੰ ਮੈਂ ਸੰਸਾਰ ਦੇ ਵਿੱਚ ਪੰਥ ਚਲਾਉਣ ਵਾਸਤੇ ਭੇਜਣ ਲੱਗਾ। ਤੇ ਦਸਵੇਂ ਪਾਤਸ਼ਾਹ ਲਿਖਦੇ ਨੇ ਕਿ ਮੈਂ ਹੱਥ ਜੋੜ ਕੇ ਖਲੋ ਗਿਆ ਮਹਾਰਾਜ ਅੱਗੇ ਵੀ ਪੰਥ ਤੇ ਉਹ ਹੀ ਚੱਲ ਸਕਦਾ ਜਿੱਥੇ ਤੇਰੀ ਮਿਹਰ ਹੋਵੇ, ਕੌਮਾਂ ਉਹੋ ਹੀ ਜਿਉਂਦੀਆਂ ਰਹਿ ਸਕਦੀਆਂ ਵਾ ਜਿੱਥੇ ਤੇਰੀ ਮਿਹਰ ਹੋਵੇ। ਖਾਲਸਾ ਪੰਥ ਕਿਉਂ ਨਹੀਂ ਖਤਮ ਹੋ ਸਕਦਾ? ਅੱਜ ਤੱਕ ਕਿੰਨੇ ਯਤਨ ਕੀਤੇ ਨੇ ਖਾਲਸਾ ਪੰਥ ਨੂੰ ਖਤਮ ਕਰਨ ਵਾਸਤੇ, ਪੰਥ ਕਿਉਂ ਨਹੀਂ ਖਤਮ ਹੋ ਸਕਦਾ? ਕਿਉਂਕਿ ਪੰਥ ਦੀ ਗਰੰਟੀ ਆਪ ਵਾਹਿਗੁਰੂ ਨੇ ਚੁੱਕੀ ਆ ਵੀ ਮੈਂ ਇਹਦੀ ਰਾਖੀ ਕਰੂੰਗਾ। ਦਸਵੇਂ ਪਾਤਸ਼ਾਹ ਦੀ ਪਵਿੱਤਰ ਬਾਣੀ ਵਿੱਚ ਦੋਹਰਾ ਆਉਂਦਾ, ਠਾਂਡ ਭਇਓ ਮਹਿ ਜੋਰ ਕਰ, ਬਚਨ ਕਹਾ ਸਿਰ ਨਿਆਏ, ਪੰਥ ਚਲੇ ਤਬ ਜਗਤ ਮੈਂ, ਜਬ ਤੁਮ ਕਰੋ ਸਹਾਇ। ਖਾਲਸੇ ਦੀ ਗਰੰਟੀ ਲਈ ਆ ਰੱਬ ਨੇ, ਇਸ ਕਰਕੇ ਖਾਲਸੇ ਨੂੰ ਕੋਈ ਖਤਮ ਨਹੀਂ ਕਰ ਸਕਦਾ। ਬੜੇ ਬੜੇ ਸੰਸਾਰ ਦੇ ਵਿੱਚ ਖਤਮ ਕਰਨ ਵਾਲੇ ਆਏ ਪਰ ਆਪ ਖਤਮ ਹੋ ਗਏ, ਪਰ ਖਾਲਸਾ ਪੰਥ ਖਤਮ ਨਹੀਂ ਹੋ ਸਕੇ। ਇਹ ਜਿਹੜਾ ਰੱਬੀ ਪੈਗਾਮ ਸੀ, ਰੱਬ ਦਾ ਹੁਕਮ ਸੀ ਵੀ ਪੰਥ ਚਲਾਓ, ਕਿਹੋ ਜਿਹਾ ਪੰਥ ਜਿਹੜਾ ਜ਼ੁਲਮ ਤੇ ਜ਼ਬਰ ਦੇ ਉਲਟ ਹੋਵੇ, ਜ਼ਾਲਮ ਦੇ ਉਲਟ ਹੋਵੇ।
ਜਿੱਥੇ ਗਰੀਬ ਮਜ਼ਲੂਮ ਆਵੇ ਤੇ ਉਹਨੂੰ ਸਹਾਇਤਾ ਮਿਲੇ, ਉਹਦਾ ਦੁੱਖ ਵੰਡਾਇਆ ਜਾਵੇ। ਇਤਿਹਾਸਕਾਰ ਲਿਖਦੇ ਨੇ ਇਸਲਾਮ ਧਰਮ ਦੇ ਗ੍ਰੰਥ ਨੇ ਉਹਨਾਂ ਵਿੱਚ ਲਿਖਿਆ ਹੈ ਕਿ ਜਦੋਂ ਖੁਦਾ ਨੇ ਬੰਦੇ ਨੂੰ ਬਣਾਇਆ 230 ਸਾਲ ਲੱਗ ਗਏ ਬੰਦਾ ਬਣਾਉਂਦੇ ਨੂੰ, ਤੇ ਸਾਰੇ ਹੀ ਦੇਵਤਿਆਂ ਨੂੰ ਫਰਿਸ਼ਤਿਆਂ ਨੂੰ ਆਖਿਆ ਗਿਆ ਵੀ ਇਹਦੇ ਅੱਗੇ ਸੀਸ ਨਿਭਾਓ, ਕਿਉਂ ਆਦਮ ਜਿਹੜਾ ਉਹ ਖੁਦ ਖੁਦਾ ਵਾ ਨਾ, ਬੰਦੇ ਦੀ ਸੂਰਤ ਆ ਤੇ ਖੁਦਾ ਦੀ ਸੂਰਤ ਇੱਕ ਬਰਾਬਰ, ਜੋ ਬੰਦੇ ਦੀ ਸੂਰਤ ਉਹੀ ਖੁਦਾ ਦੀ। ਆਦਮ ਇਸ ਕਰਕੇ ਪਹਿਲਾ ਖਲੀਫਾ ਆਦਮ ਹੀ ਮੰਨਿਆ ਜਾਂਦਾ। ਇੱਕ ਸ਼ੈਤਾਨ ਸੀ, ਉਹਨੇ ਸਿਰ ਨਹੀਂ ਨਵਾਇਆ। ਇਸ ਗੱਲ ਤੇ ਮੈਂ ਬਾਅਦ ਚ ਆਵਾਂ। 230 ਸਾਲ ਗ੍ਰੰਥਕਾਰ ਇਤਿਹਾਸਕਾਰ ਲਿਖਦੇ ਆ ਵੀ ਲੱਗੇ, ਹਦੀਸਾਂ ਦੇ ਵਿੱਚ ਕਹਿੰਦੇ ਰਵਾਇਤ ਚੱਲੀ ਆਉਂਦੀ ਲਿਖੀ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਇੱਥੇ ਆਣ ਕੇ ਇਹ ਗੱਲ ਭੁੱਲੇ ਨਹੀਂ ਜੋ ਰੱਬ ਨੇ ਹੁਕਮ ਕੀਤਾ ਸੀ ਵੀ ਪੰਥ ਸਾਜਣਾ ਹੈ, ਉਹਨਾਂ ਦੇ ਧਿਆਨ ਵਿੱਚ ਰਿਹਾ ਹੈ। ਤੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਆਦਰਸ਼ ਮਨੁੱਖ ਦੇ ਜਿਹੜੇ ਅਸੂਲ ਬੰਨੇ ਸੀ, ਉਹਨਾਂ ਅਸੂਲਾਂ ਤੇ ਚੱਲਣ ਵਾਲੇ ਸਿੱਖ ਦਾ ਜੀਵਨ ਸੰਪੂਰਨ ਬਣਾਉਣ ਵਾਸਤੇ ਜਿਹੜਾ ਧਰਮ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਕਾਇਮ ਕੀਤਾ ਸੀ ਉਹਨੂੰ ਸੰਪੂਰਨਤਾ ਦੇਣ ਵਾਸਤੇ, ਜਿਹੜੀ ਘਾੜਤ ਗੁਰਬਾਣੀ ਦੇ ਵਿੱਚ ਵੱਡੇ ਗੁਰੂਆਂ ਨੇ ਘੜੀ, ਤੇ ਵਿਦਵਾਨ ਲਿਖਦੇ ਨੇ ਵੀ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਨੌਵੀਂ ਪਾਤਸ਼ਾਹੀ ਤੱਕ, ਦਸਵੀਂ ਪਾਤਸ਼ਾਹੀ ਜਦੋਂ ਅੰਮ੍ਰਿਤ ਸੰਚਾਰ ਕਰਦੀ ਹੈ ਉਦੋਂ ਵੀ 230 ਸਾਲ ਲੱਗ ਗਏ ਸਿੱਖ ਦੀ ਜ਼ਿੰਦਗੀ ਬਣਾਉਣ ਵਾਸਤੇ, ਸਿੱਖ ਦੀ ਘਾੜਤ ਕਰਨ ਵਾਸਤੇ 230 ਸਾਲ ਲੱਗੇ। ਇਹੋ ਜਿਹਾ ਸਿੱਖ ਬਣੇ ਕਿ ਦੁਨੀਆਂ ਦੇ ਵਿੱਚ ਉਹ ਆਦਰਸ਼ ਹੋਵੇ, ਨਮੂਨਾ ਹੋਵੇ, ਚਾਨਣ ਮੁਨਾਰਾ ਹੋਵੇ, ਦੁਨੀਆਂ ਉੱਤੋਂ ਸੇਧ ਲੈ ਸਕੇ। ਇਸ ਕਰਕੇ 230 ਸਾਲ ਤਕਰੀਬਨ ਕਹਿੰਦੇ ਖਰਚ ਕੀਤੇ। ਕਈ ਲੋਕ ਕਹਿੰਦੇ ਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਾ ਵੱਖਰਾ ਹੀ ਕੰਮ ਤੋਰਤਾ, ਪਰ ਇਹ ਲੋਕ ਉਹ ਕਹਿੰਦੇ ਆ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਜ਼ਿੰਦਗੀ 'ਚ ਪਾਠ ਕਰਕੇ ਨਹੀਂ ਵੇਖੇ। ਜੇ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਬਾਣੀ ਦੇ ਵਿੱਚ ਆ ਗਿਆ ਮਿਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ, ਜਿਹੜੇ ਅਸੂਲ ਗੁਰੂ ਨਾਨਕ ਦੇਵ ਸਾਹਿਬ ਨੇ ਬੰਨੇ ਸੀ, ਵੱਡੇ ਸਤਿਗੁਰਾਂ ਬੰਨੇ ਸੀ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਉਹਨਾਂ ਅਸੂਲਾਂ ਨੂੰ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਤਰਜੀਹ ਦਿੱਤੀ। ਜੇ ਗੁਰਬਾਣੀ ਵਿੱਚ ਆਇਆ ਨਾ ਹਮ ਹਿੰਦੂ ਨਾ ਮੁਸਲਮਾਨ, ਇਹਦਾ ਪ੍ਰੈਕਟੀਕਲ ਜੇ ਕਿਸੇ ਨੇ ਕੀਤਾ ਤੇ ਉਹ ਗੁਰੂ ਗੋਬਿੰਦ ਸਿੰਘ ਜੀ ਨੇ ਨਿਆਰਾ ਖਾਲਸਾ ਸਾਜ ਕੇ ਕੀਤਾ।
ਜੇ ਗੁਰਬਾਣੀ ਦੇ ਵਿੱਚ ਆਇਆ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਕਿ ਗੁਰੂ ਤਾਂ ਸ਼ਬਦ ਦਾ ਗਿਆਨ ਤਾਂ ਮਹਾਰਾਜ ਨੇ ਦੇਹਧਾਰੀ ਸਰੀਰ ਕੱਢ ਕੇ ਬਾਹਰ ਰੱਖਤਾ ਤੇ ਗੁਰਿਆਈ ਦੇਤੀ ਗੁਰੂ ਗ੍ਰੰਥ ਸਾਹਿਬ। ਜੇ ਗੁਰਬਾਣੀ ਦੇ ਵਿੱਚ ਆਇਆ ਵੀ ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ ਜਾਂ ਇਹੋ ਜਿਹੇ ਪਵਿੱਤਰ ਬਚਨ ਸਾਬਤ ਸੂਰਤ ਦਸਤਾਰ ਸਿਰਾ ਤੇ ਸਤਿਗੁਰੂ ਨੇ ਦਸਤਾਰਾਂ ਦੀ ਬਖਸ਼ਿਸ਼ ਕੀਤੀ ਤੇ ਸਾਬਤ ਸੂਰਤ ਸਿੱਖ ਬਣਾਏ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਸਿਰਫ ਸੰਪੂਰਨਤਾ ਹੀ ਕੀਤੀ ਹੈ, ਬਾਕੀ ਅਸੂਲ ਸਭ ਵੱਡੇ ਗੁਰਾਂ ਨੇ ਬੰਨ੍ਹੇ ਨੇ, ਨੌਵਾਂ ਪਾਤਸ਼ਾਹੀਆਂ ਨੇ ਸਥਾਪਿਤ ਕੀਤੇ। ਸਤਿਗੁਰੂ ਜੀ ਦੇ ਮਨ ਦੇ ਵਿੱਚ ਆਇਆ ਵੀ ਜਿਸ ਕਾਰਜ ਵਾਸਤੇ ਵਾਹਿਗੁਰੂ ਪਰਮੇਸ਼ਰ ਨੇ ਮੈਨੂੰ ਸੰਸਾਰ ਦੇ ਵਿੱਚ ਭੇਜਿਆ ਹੈ ਉਹਨੂੰ ਸਿਰੇ ਚੜਾਇਆ ਜਾਵੇ, ਤਾਂ ਸਾਰੀਆਂ ਸੰਗਤਾਂ ਦੇ ਪ੍ਰਤੀ ਹੁਕਮਨਾਮੇ ਭੇਜੇ ਗਏ ਕਿ ਵਿਸਾਖ ਦੀ ਸੰਗਰਾਂਦ 'ਤੇ ਸਾਰੀਆਂ ਸੰਗਤਾਂ ਇਕੱਠੀਆਂ ਹੋ, ਕਾਬਲ ਕਧਾਰ ਜਿੱਥੇ ਵੀ ਸਿੱਖੀ ਵੱਸਦੀ ਹੈ ਇਕੱਠੀਆਂ ਹੋਣ। ਵੈਸੇ ਵਿਸਾਖ ਦਾ ਜੋੜ ਮੇਲਾ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਵਿਸਾਖੀ ਮਨਾਉਣੀ ਸ਼ੁਰੂ ਕਰ ਦਿੱਤੀ ਸੀ 30 ਮਾਰਚ 1699 ਈਸਵੀ 1756 ਬਿਕਰਮੀ ਦੇ ਵਿੱਚ ਬੜਾ ਭਾਰੀ ਇਕੱਠ ਹੋਇਆ। ਇੱਕ ਦਿਨ ਪਹਿਲਾਂ ਸੰਗਤਾਂ ਇਕੱਠੀਆਂ ਹੋ ਗਈਆਂ, ਸਤਿਗੁਰੂ ਜੀ ਨੇ ਰਾਤ ਆਰਾਮ ਕੀਤਾ, ਅੰਮ੍ਰਿਤ ਵੇਲੇ ਇਸ਼ਨਾਨ ਕੀਤਾ, ਨਿਤਨੇਮ ਕੀਤਾ, ਸਿਮਰਨ ਕੀਤਾ, ਸੋਹਣੇ ਬਸਤਰ ਪਹਿਨੇ, ਸ਼ਸਤਰਾਂ ਦੇ ਨਾਲ ਸੱਜ ਧੱਜ ਕੇ ਆਪਣੇ ਮਹਿਲਾਂ ਤੋਂ ਸੰਗਤਾਂ ਦੇ ਸਮੇਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਜਿਹੜੀ ਪਹਾੜੀ ਹੈ ਇੱਥੇ ਪਹੁੰਚੇ। ਪਹਿਲਾਂ ਹੁਕਮ ਦੇ ਨਾਲ ਤੰਬੂ ਲੱਗ ਗਏ ਸਨ, ਦੀਵਾਨ ਲੱਗਾ ਸੀ, ਆਸ਼ਾ ਦੀ ਵਾਰ ਦਾ ਕੀਰਤਨ ਹੋ ਰਿਹਾ ਸੀ। ਕੀਰਤਨ ਦੀ ਸਮਾਪਤੀ 'ਤੇ ਅੱਜ ਇੱਕ ਨਿਰਾਲਾ ਕੌਤਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ, ਜਿਹੜੀ ਸ੍ਰੀ ਸਾਹਿਬ ਉਹਨਾਂ ਦੇ ਮਿਆਨ ਦੇ ਵਿੱਚ ਰਹਿੰਦੀ ਸੀ ਉਹਨੂੰ ਮਿਆਨ ਦੇ ਵਿੱਚੋਂ ਕੱਢ ਕੇ ਨੰਗੀ ਤੇਗ ਲੈ ਕੇ ਭਰੇ ਦੀਵਾਨ ਦੇ ਵਿੱਚ ਸਤਿਗੁਰੂ ਜੀ ਨੇ ਬੜੀ ਲਲਕਾਰ ਕੇ ਇਹ ਬਚਨ ਕੀਤੇ ਸੀ ਕਿ ਕੋਈ ਧਰਮ ਦੀ ਖਾਤਰ ਸੀਸ ਭੇਟ ਕਰੇ, ਗੁਰੂ ਸਾਹਿਬ ਦੇ ਅਸੂਲਾਂ 'ਤੇ ਚੱਲਦਾ ਹੋਇਆ ਕੋਈ ਆਪਣਾ ਸੀਸ ਅਰਪਣ ਕਰੇ। ਜਿਹੜੀ ਉਮੀਦ ਕਿਸੇ ਤੋਂ ਨਾ ਹੋਵੇ ਉਹ ਗੱਲ ਉਹ ਕਰ ਦੇਵੇ ਤੇ ਬੰਦਾ ਬੜਾ ਹੈਰਾਨ ਹੁੰਦਾ। ਸੰਗਤਾਂ ਨੂੰ ਉਮੀਦ ਨਹੀਂ ਸੀ ਵੀ ਇਹ ਕਿਹੜੀ ਘਟਨਾ ਵਾਪਰੂਗੀ, ਸੰਗਤਾਂ ਨੂੰ ਨਹੀਂ ਸੀ ਉਮੀਦ ਕਿ ਮਹਾਰਾਜ ਕਿਹੜਾ ਕੌਤਕ ਕਰਨਗੇ, ਪਰ ਅਚਿੰਤੇ ਬਾਜ ਪਏ ਇੱਕੇਦਮ ਪਰਖ ਦੀ ਗੱਲ ਚੱਲ ਪਈ ਵੀ ਸ਼ੀਸ ਭੇਟਾ ਕਰੇ ਤੇ ਲੱਖਾਂ ਦਾ ਇਕੱਠ। ਕਹਿੰਦੇ ਪਹਿਲੀ ਆਵਾਜ਼ ਸੁਣ ਕੇ ਤੇ ਸਨਾਟਾ ਹੀ ਛਾ ਗਿਆ ਸੀ ਲੱਖਾਂ ਦੇ ਇਕੱਠ 'ਚ। ਹੁਣ ਮੈਨੂੰ ਦੱਸੋ ਵੀ ਕੋਈ ਜਿਉਂਦਾ ਜਾਗਦਾ ਆਪਦਾ ਸਿਰ ਵਢਾਉਂਦਾ, ਮਾੜੀ ਜੀ ਸੂਈ ਚੁੱਭ ਜੇ, ਕੰਡਾ ਚੁੱਭ ਜੇ ਤੇ ਚੀਕਾਂ ਨਿਕਲ ਜਾਂਦੀਆਂ, ਤੇ ਇੱਥੇ ਤੇ ਧੌਣ ਵਢਾਉਣ ਦੀ ਗੱਲ ਆ ਰਹੀ ਹੈ, ਸੀਸ ਅਰਪਣ ਦੀ ਗੱਲ ਆ ਰਹੀ।
ਕਿੱਦਾਂ ਦੇ ਸਿੱਖ ਹੋਣਗੇ ਤੇ ਕਿੱਦਾਂ ਦਾ ਗੁਰੂ ਹੋਊਗਾ ਜਿਹੜਾ ਸਟੇਜ ਤੇ ਖਲੋ ਕੇ ਨੰਗੀ ਤਲਵਾਰ ਸ੍ਰੀ ਸਾਹਿਬ ਲੈ ਕੇ ਕਹਿੰਦਾ ਮੈਨੂੰ ਸਿਰ ਦੋ ਉੱਠ ਕੇ। ਇਦਾਂ ਦੇ ਸਿੱਖ ਸੀ ਮਹਾਰਾਜ ਦੇ। ਦੂਸਰੀ ਵਾਰੀ ਜਦੋਂ ਮਹਾਰਾਜ ਨੇ ਆਖਿਆ ਹੈ ਉਦੋਂ ਵੀ ਕੋਈ ਨਹੀਂ ਉੱਠਿਆ, ਇੱਕ ਦੂਜੇ ਵੱਲ ਵੇਖਦੇ ਰਹੇ ਤੇ ਜਿਹੜੇ ਸਭ ਤੋਂ ਮੂਹਰੇ ਬੈਠੇ ਸੀ ਉਹਨਾਂ ਤੇ ਅੱਖਾਂ ਨੀਵੀਆਂ ਪਾਲੀਆਂ ਵੀ ਕਿਤੇ ਅੱਖ ਨਾ ਰਲ ਜੇ ਤੇ ਕਿਤੇ ਇਸ਼ਾਰਾ ਹੀ ਨਾ ਕਰ ਦੇਣ ਵੀ ਤੂੰ ਆ ਜਾ। ਅਖੀਰ ਤੀਸਰੀ ਵਾਰੀ ਫਿਰ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਬਚਨ ਕੀਤਾ ਤਾਂ ਲਾਹੌਰ ਦੇ ਰਹਿਣ ਵਾਲੇ ਖੱਤਰੀ ਪਰਿਵਾਰ ਵਿੱਚੋਂ ਭਾਈ ਦਇਆ ਰਾਮ ਜੀ ਉੱਠੇ। ਸਤਿਗੁਰੂ ਜੀ ਨੂੰ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਸੀਸ ਹਾਜ਼ਰ ਹੈ, ਕਿਉਂ ਸਿੱਖ ਕੌਣ ਆ? ਬਾਣੀ ਕਹਿੰਦੀ ਤਨ ਮਨ ਧਨ ਸਭ ਸੌਂਪ ਗੁਰ ਕੋ। ਅੱਜ ਉਹਦਾ ਪ੍ਰੈਕਟੀਕਲ ਹੋ ਰਿਹਾ, ਅੱਗੇ ਤੇ ਸਿਰਫ ਉਹਦੀਆਂ ਬਾਤਾਂ ਹੀ ਪਈਆਂ ਸੀ ਨਾ, ਅੱਜ ਉਹਦਾ ਪ੍ਰੈਕਟੀਕਲ ਸਾਹਮਣੇ ਕਰਕੇ ਦਿਖਾਉਣਗੇ। ਸਿੱਖ ਕੌਣ ਹੈ? ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ, ਜਾਂ ਫਿਰ ਆਪਾਂ ਰੋਜ਼ ਬਚਨ ਪੜ੍ਹਦੇ ਹੁਕਮ ਮੰਨਿਆ ਹੋਏ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਸਤਿਗੁਰੂ ਜੀ ਪੁੱਛਦੇ ਨੇ ਕਿ ਕੋਈ ਤਕਲੀਫ ਤਾਂ ਨਹੀਂ ਆ? ਤੂੰ ਸੀਸ ਭੇਟ ਦੇਣ ਆ ਗਿਆ, ਲੱਖਾਂ ਦੇ ਵਿੱਚ ਹੋਰ ਕੋਈ ਉੱਠਿਆ ਨਹੀਂ, ਦੁਖੀ ਤਾਂ ਨਹੀਂ ਕਿਸੇ ਗੱਲੋਂ? ਦੁੱਖ ਵੀ ਬੰਦੇ ਤੋਂ ਕਈ ਵਾਰੀ ਆਪਣੀ ਬਲੀ ਦਵਾ ਦਿੰਦਾ। ਕੋਈ ਤਕਲੀਫ ਤਾਂ ਨਹੀਂ, ਕੋਈ ਦੁੱਖ ਤਾਂ ਨਹੀਂ, ਕਿਸੇ ਦਾ ਡਰ ਤਾਂ ਨਹੀਂ ਆ ਵੀ ਕਿਸੇ ਤੋਂ ਡਰਦਾ ਉੱਠਿਆ ਹੋਵੇ? ਇਤਿਹਾਸ ਦੇ ਬਚਨ ਨੇ ਸਨਮੁਖ ਸਿੱਖ ਪਰਾ ਹੈ ਕੋਈ ਸੀਸ ਭੇਟ ਦੇਵੇ ਸੋਈ। ਭਾਈ ਸਾਹਿਬ ਜੀ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਆਪਣੀ ਮਰਜ਼ੀ ਨਾਲ ਦੇਣ ਆਇਆ, ਕੋਈ ਦੁੱਖ ਨਹੀਂ, ਕੋਈ ਡਰ ਨਹੀਂ, ਕੋਈ ਤਕਲੀਫ ਨਹੀਂ, ਕੋਈ ਭੈ ਨਹੀਂ। ਕਹਿੰਦੇ ਉਹਨੂੰ ਤੰਬੂ ਦੇ ਵਿੱਚ ਲੈ ਗਏ, ਕਨਾਤਾਂ ਤਨੀਆਂ ਸੀ ਤੇ ਮਹਾਂਪੁਰਖ ਕਹਿੰਦੇ ਵੀ ਤੰਬੂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ, ਤਲਵਾਰ ਚੱਲਣ ਦੀ ਆਵਾਜ਼ ਆਈ ਆ ਤੇ ਇੱਦਾਂ ਸਭ ਨੂੰ ਲੱਗਾ ਜਿੱਦਾਂ ਧੜ ਨਾਲੋਂ ਸੀਸ ਲਹਿਦਾ ਹੋਇਆ, ਕਿਸੇ ਦਾ ਸਿਰ ਵੱਢਿਆ ਗਿਆ ਹੈ ਤੇ ਧੜ ਡਿੱਗਣ ਦੀ ਵੀ ਆਵਾਜ਼ ਆਈ। ਹੁਣ ਇੱਥੇ ਕਈ ਵਿਦਵਾਨਾਂ ਦੀਆਂ ਰਾਇਆਂ ਨੇ ਤੇ ਕਈ ਨਿਸ਼ਰਦਕ ਬੰਦੇ ਕਹਿੰਦੇ ਆ ਵੀ ਮਹਾਰਾਜ ਨੇ ਨਾ ਸ਼ੈਤਾਨੀ ਨਾਲ ਅੰਦਰ ਬੱਕਰੇ ਬੰਨ ਲਏ ਸੀ ਤੇ ਸਿੱਖ ਨੂੰ ਅੰਦਰ ਲੈ ਜਾਂਦੇ ਸੀ, ਉਹਨੂੰ ਦੂਜੇ ਤੰਬੂ 'ਚ ਵਾੜ ਦਿੰਦੇ ਸੀ ਤੇ ਬੱਕਰੇ ਦੀ ਧੌਣ ਵੜ ਕੇ ਪਰੇ ਮਾਰਦੇ ਸੀ। ਇੱਦਾਂ ਕੁਝ ਰਾਇ ਦੱਸਦੇ ਨੇ ਆਪਣੀ। ਉਹਨਾਂ ਦਾ ਜਵਾਬ ਸ਼ਰਧਾ ਵਾਲੇ ਵਿਦਵਾਨ ਜਾਂ ਮਹਾਂਪੁਰਖ ਇਸ ਤਰ੍ਹਾਂ ਦਿੰਦੇ ਨੇ, ਉਹ ਕਹਿੰਦੇ ਨੇ ਵੀ ਜੇ ਬੱਕਰੇ ਵੱਢਣੇ ਸੀ ਮਹਾਰਾਜ ਨੇ ਤੇ ਇਹ ਕੀ ਆ ਫਿਰ ਪਖੰਡੀ ਆ ਨਾ? ਗੁਰੂ ਪਖੰਡ ਕਰਦਾ ਵਾ ਕਿ ਪਖੰਡ ਨੂੰ ਖਤਮ ਕਰਦਾ?
ਮੰਨ ਲਓ ਮੈਂ ਚੀਜ਼ ਤੁਹਾਨੂੰ ਕੁਝ ਹੋਰ ਦਿਖਾਵਾਂ ਤੁਹਾਨੂੰ ਸੋਨਾ ਵੇਚਾਂ ਤੁਹਾਨੂੰ ਮਲੰਮਾ, ਤੇ ਇਹ ਕੀ ਹੋਇਆ? ਧੋਖਾ। ਗੁਰੂ ਕਵੇ ਵੀ ਮੈਂ ਸਿਰ ਲੈਣੇ ਆ ਤੇ ਵੱਡੇ ਬੱਕਰਿਆਂ ਦੇ ਸਿਰ, ਇਹ ਤੇ ਧੋਖਾ ਹੋ ਗਿਆ। ਫਿਰ ਉਹ ਕਹਿੰਦੇ ਭਲਿਓ ਮਾਨਸੋ ਆਪਣੇ ਗੁਰੂ ਤੇ ਊਜ ਨਾ ਲਾਓ, ਆਪਣੇ ਗੁਰੂ ਨੂੰ ਝੂਠਾ ਨਾ ਬਣਾਓ, ਕਿਉਂਕਿ ਗੁਰੂ ਵਿੱਚ ਇੰਨੀ ਤਾਕਤ ਆ। ਬਾਣੀ ਕਹਿੰਦੀ ਹੈ ਸਤਿਗੁਰ ਮੇਰਾ ਮਾਰ ਜਵਾਲੇ, ਗੁਰਬਾਣੀ ਕਹਿੰਦੀ ਹੈ ਮ੍ਰਿਤਕ ਕੋ ਪਾਇਓ ਤਨ ਸਾਸਾ ਬਿਸ਼ਰਤ ਆਨ ਮਲਾਇਆ, ਪਸ਼ੂ ਪ੍ਰੇਤ ਮੁਗਧ ਭਏ ਸਰੋਤੇ ਹਰ ਨਾਮਾ ਮੁਖ ਗਾਇਆ, ਪੂਰੇ ਸਤਿਗੁਰ ਕੀ ਦੇਖ ਵਡਾਈ ਤਾਂ ਕੀ ਕੀਮਤ ਕਹਿਣ ਨਾ ਜਾ। ਹਰ ਤੁਸੀਂ ਕਿੰਨੇ ਸਿਆਣੇ ਸੱਜਣ ਬੈਠੇ ਆ ਬਾਬਾ ਜੀ ਦੇ ਸਥਾਨ ਤੇ। ਜੇ ਮਹਾਰਾਜ ਨੇ ਬੱਕਰਿਆਂ ਦੇ ਸਿਰ ਵੱਢੇ ਹੁੰਦੇ ਨਾ, ਤੇ ਫਿਰ ਬੁੱਢਾ ਬਾਪੂ ਧੰਨ ਬਾਬਾ ਦੀਪ ਸਿੰਘ, ਬ੍ਰਹਮ ਗਿਆਨੀ ਬਾਬਾ ਦੀਪ ਸਿੰਘ 17 ਦੀ ਉਮਰ ਦੇ ਵਿੱਚ ਦਹਾਕੇ ਵਿੱਚ ਜਾ ਕੇ ਤਲੀ ਤੇ ਸੀਸ ਨਹੀਂ ਸੀ ਰੱਖ ਸਕਦੇ। ਫਿਰ 7 ਸਾਲ ਦੇ ਛੋਟੇ ਜਿਹੇ ਬੱਚੇ ਨੀਹਾਂ ਵਿੱਚ ਖਲੋਤੇ, ਇਹ ਨਹੀਂ ਸੀ ਕਹਿ ਸਕਦੇ ਵੀ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾ। ਬੱਕਰਿਆਂ ਦੇ ਸਿਰ ਵੱਢੇ ਹੁੰਦੇ ਤੇ ਉਹਨਾਂ ਕਹਿਣਾ ਸੀ ਕੋਈ ਗੱਲ ਨਹੀਂ ਅਸੀਂ ਧਰਮ ਬਦਲ ਲੈਂਦੇ। ਇੱਕ ਗੱਲ ਯਾਦ ਰੱਖਿਓ ਵੀ ਖਾਲਸਾ ਪੈਦਾ ਕਿੱਥੋਂ ਹੋਇਆ? ਖਾਲਸੇ ਦੇ ਪੈਦਾ ਹੋਣ ਦਾ ਕਾਰਨ ਹੈ ਮੁਸੀਬਤ ਦੁੱਖ। ਖਾਲਸਾ ਕਿਉਂ ਪੈਦਾ ਕੀਤਾ? ਜਦੋਂ ਸੰਸਾਰ ਮੁਸੀਬਤ 'ਚ ਸੀ, ਦੁੱਖ ਤਕਲੀਫ 'ਚ ਸੀ, ਜ਼ੁਲਮ 'ਚ ਸੀ। ਜਿਹੜੀ ਚੀਜ਼ ਮੁਸੀਬਤ ਵਿੱਚ ਪੈਦਾ ਹੋਵੇ ਨਾ, ਉਹ ਮੁਸੀਬਤ ਤੋਂ ਘਬਰਾਉਂਦੀ ਨਹੀਂ ਫਿਰ, ਕਿਉਂ ਮੁਸੀਬਤ ਉਹਦੇ ਲਹੂ ਦੇ ਵਿੱਚ ਆ, ਉਹਦੀ ਖੁਰਾਕ ਹੀ ਮੁਸੀਬਤ ਆ। ਜਿਹੜੀ ਚੀਜ਼ ਦੁੱਖ 'ਚੋਂ ਪੈਦਾ ਹੋਵੇ ਉਹ ਫਿਰ ਦੁੱਖ 'ਚੋਂ ਘਬਰਾਉਂਦੀ ਨਹੀਂ ਕਦੀ। ਕਮਲ ਦਾ ਫੁੱਲ ਚਿੱਕੜ 'ਚੋਂ ਪੈਦਾ ਹੁੰਦਾ ਹੈ, ਸਾਰੀ ਉਮਰ ਚਿੱਕੜ 'ਚ ਹੀ ਰਹਿੰਦਾ ਹੈ, ਪਰ ਚਿੱਕੜ ਤੋਂ ਨਿਰਲੇਪ ਰਹਿੰਦਾ ਹੈ। ਮਨੋਵਿਗਿਆਨੀ ਇੱਕ ਬੜੀ ਕਮਾਲ ਦੀ ਗੱਲ ਕਹਿੰਦੇ ਜੀ, ਤੁਹਾਡੇ ਸੁਣਨ ਵਾਲੀ ਆ ਸਾਰਿਆਂ ਦੇ। ਸਾਈਕੋਲੋਜੀ ਜਿਹੜੇ ਪੜ੍ਹਦੇ ਪੜ੍ਹਾਉਂਦੇ ਨੇ ਮਨੋਵਿਗਿਆਨੀ, ਜਿਹੜੇ ਮਨ ਦੀ ਖੋਜ ਕਰਦੇ ਨੇ, ਮਨੋਵਿਗਿਆਨੀ ਕਹਿੰਦੇ ਆ ਵੀ ਜੇ ਬੱਚੇ ਦੇ ਮਨ ਵਿੱਚ ਆ ਗਿਆ ਨਾ ਵੀ ਪੜ੍ਹਾਈ ਔਖੀ ਆ, ਉਹਦੇ ਵਾਸਤੇ ਪੜ੍ਹਨਾ ਮੁਸ਼ਕਲ ਹੋ ਜਾਣਾ, ਕਿ ਉਹਨੇ ਪੜ੍ਹਨ ਤੋਂ ਪਹਿਲਾਂ ਹੀ ਆਪਣੇ ਮਨ 'ਚ ਇੱਕ ਖਿਆਲ ਬੰਨ ਲਿਆ ਵੀ ਔਖੀ ਆ, ਮਨ ਦੀ ਇੰਨੀ ਤਾਕਤ ਆ ਬੰਦੇ ਦੀ। ਤੇ ਜੇ ਉਹਦੇ ਪੜ੍ਹਨ ਤੋਂ ਪਹਿਲਾਂ ਭਾਵੇਂ ਪੜ੍ਹਾਈ ਬਹੁਤ ਔਖੀ ਹੋਵੇ, ਉਹਦੇ ਮਨ 'ਚ ਆ ਗਿਆ ਨਾ ਕੋਈ ਪਰਵਾਹ ਨਹੀਂ, ਪੜ੍ਹ ਜਾਂਗੇ, ਪਾਸ ਹੋ ਜਾਂਗੇ, ਉਹ ਕਹਿੰਦੇ ਹੋ ਜਾਊਗਾ, ਕਿ ਉਹਦੇ ਮਨ 'ਚ ਪੜ੍ਹਨ ਤੋਂ ਪਹਿਲਾਂ ਹੀ ਉਹਦਾ ਮਨ ਬਣਿਆ। ਦੁਨੀਆਂ ਵਿੱਚ ਕੁਝ ਔਖਾ ਨਹੀਂ ਤੇ ਕੁਝ ਸੌਖਾ ਨਹੀਂ, ਜੋ ਬੰਦੇ ਦਾ ਮਨ ਮੰਨ ਲੈਂਦਾ ਉਹੀ ਔਖਾ ਹੈ ਤੇ ਉਹੀ ਸੌਖਾ। ਇਸ ਕਰਕੇ ਜਿਹੜਾ ਸਿਆਣਾ ਅਧਿਆਪਕ ਆ, ਉਹਨੂੰ ਜੇ ਕੋਈ ਪੁੱਛੇ ਵਿਦਿਆਰਥੀ ਵੀ ਸਰ ਮੈਥ ਬਹੁਤ ਔਖੀ ਆ, ਸਿਆਣਾ ਡਰਾਉਂਦਾ ਨਹੀਂ, ਉਹ ਕਹਿੰਦਾ ਨਾ ਇਹ ਤੇ ਵੱਟ ਤੇ ਪਈ ਬਿਲਕੁਲ ਸੌਖੀ।
ਉਹਨੂੰ ਪਤਾ ਜੇ ਇਹਦੇ ਮਨ 'ਚ ਗੰਢ ਬੱਝ ਗਈ ਨਾ ਔਖੀ ਦੀ ਫਿਰ ਔਖੀ। ਮਨੋਵਿਗਿਆਨ ਕਹਿੰਦਾ ਜਿਹੜੇ ਮੁਸੀਬਤ 'ਚੋਂ ਪੈਦਾ ਹੋਏ ਹੁਣ ਉਹ ਮੁਸੀਬਤ ਤੋਂ ਡਰਦੇ ਨਹੀਂ ਕਦੇ। ਮੈਂ ਬੜਾ ਹੈਰਾਨ ਹਾਂ, ਮਨੋਵਿਗਿਆਨ ਇੱਕ ਸਿਆਣੇ ਦਾ ਕਥਨ ਆ, ਉਹ ਕਹਿੰਦਾ ਜੇ ਮੁਸੀਬਤ ਆਵੇ ਤੇ ਮੁਸੀਬਤ ਨੂੰ ਮਖੌਲ ਕਰੇ ਫਿਰ ਕਹਿੰਦਾ ਮੁਸੀਬਤ ਦਾ ਅਸਰ ਨਹੀਂ ਰਹਿੰਦਾ। ਆਪਾਂ ਰੋਜ਼ ਪੜ੍ਹਦੇ ਹਾਂ ਦੁੱਖ ਦਾਰੂ ਸੁੱਖ ਰੋਗ ਪਏ। ਗੁਰਬਾਣੀ ਦੇ ਨਾਮ ਦਾ ਦੀਵਾ ਦੁੱਖ ਰੂਪੀ ਤੇਲ ਕਰਕੇ ਬਲਦਾ ਹੈ। ਉਹ ਲਿਖਦਾ ਕਹਿੰਦਾ ਜੇ ਤੁਹਾਡੇ ਤੇ ਮੁਸੀਬਤ ਆਵੇ ਤਾਂ ਤੁਸੀਂ ਇਸ ਤਰ੍ਹਾਂ ਕਰੋ ਵੀ ਉਹਨੂੰ ਮਖੌਲ ਕਰੋ ਤਾਂ ਦੇਖੋਗੇ ਤੁਹਾਡੇ ਤੇ ਅਸਰ ਨਹੀਂ ਉਹਦਾ ਰਹੇਗਾ। ਤੇ ਖਾਲਸੇ ਨੇ ਮੁਸੀਬਤ ਨੂੰ ਰੱਜ ਰੱਜ ਕੇ ਟਿਚਰਾਂ ਕੀਤੀਆਂ, ਮਖੌਲ ਕੀਤੇ ਨੇ ਮੁਸੀਬਤ। ਆਪਾਂ ਜਕਾਰਾ ਛੱਡਦੇ ਹਾਂ ਨਾ ਬੋਲੇ ਸੋ ਨਿਹਾਲ ਦਾ, ਆਪਾਂ ਕੀ ਸਮਝਦੇ ਵੀ ਇੱਕ ਆਵਾਜ਼ ਹੀ ਆ ਬਸ, ਇੱਕ ਨਾਰਾ ਹੀ ਆ। ਮਨੋਵਿਗਿਆਨ ਕਹਿੰਦਾ ਨਹੀਂ, ਕਹਿੰਦਾ ਬੰਦਾ ਮੁਸੀਬਤ 'ਚ ਹੋਵੇ ਤੇ ਚੜ੍ਹਦੀ ਕਲਾ ਨਾਲ ਜਕਾਰਾ ਛੱਡਦੇ ਕਹਿੰਦੇ ਜਾਓ ਉੱਤੇ ਅਸਰ ਹੀ ਨਹੀਂ ਰਹੂਗਾ ਮੁਸੀਬਤ ਦਾ। ਏਡੀ ਵੱਡੀ ਤਾਕਤ ਜਕਾਰੇ ਵਿੱਚ ਮਨੋਵਿਗਿਆਨ ਨੇ ਮੰਨੀ, ਜਿਹਨੂੰ ਵਾਰ ਕਰਾਈ ਨਹੀਂ ਕਹਿ ਦਿੰਦੇ, ਜੰਗ ਦਾ ਨਾਰਾ ਜਿਹਨੂੰ ਕਹਿ ਦਿੰਦੇ। ਹੈਰਾਨ ਹੁੰਦੇ ਹਾਂ ਮਹਾਰਾਜ ਦੀਆਂ ਬਰਕਤਾਂ ਦੇਖ ਕੇ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਕਿੱਡੇ ਵੱਡੇ ਮਨੋਵਿਗਿਆਨੀ ਸੀ। ਕਿਉਂ ਸੰਤ ਦਾ ਤੇ ਆਮ ਦੁਨੀਆਂ ਦਾ ਇਹੀ ਫਰਕ ਹੈ ਵੀ ਸੰਤ ਮਨ ਪੜ੍ਹ ਲੈਂਦਾ ਹੈ, ਆਮ ਲੋਕ ਸਰੀਰ ਪੜ੍ਹਦੇ ਨੇ ਉਹ ਮਨ ਪੜ੍ਹਦਾ ਹੈ। ਫਿਰ ਬੇਨਤੀ ਕਰਾਂ, ਖਾਲਸੇ ਨੂੰ ਇਹ ਦਾਰੂ ਜਕਾਰੇ ਦਾ ਜੰਗਲਾਂ 'ਚ ਪਤਾ ਲੱਗਾ ਸੀ ਜਦੋਂ ਘੋੜਿਆਂ ਦੀਆਂ ਕਾਠੀਆਂ 'ਤੇ ਹੀ ਸੌਂਦੇ ਸੀ ਅਤੇ ਘੋੜਿਆਂ ਦੀਆਂ ਕਾਠੀਆਂ ਹੀ ਉਹਨਾਂ ਦਾ ਘਰ ਸੀ, ਘਰਾਂ 'ਚ ਨਹੀਂ ਸੀ ਉਹ ਰਹਿੰਦੇ ਅਤੇ ਨਾ ਹੀ ਸਰਕਾਰ ਉਹਨਾਂ ਨੂੰ ਰਹਿਣ ਦਿੰਦੀ ਸੀ। ਉਦੋਂ ਖਾਲਸੇ ਦੀ ਖੋਜ ਹੋਈ। ਮੁਸੀਬਤ ਵੇਲੇ ਜਿਹੜਾ ਬੰਦਾ ਮੁਸੀਬਤ ਨੂੰ ਮਖੌਲ ਬਣਾਊਗਾ, ਮਨੋਵਿਗਿਆਨ ਕਹਿੰਦਾ ਮੁਸੀਬਤ ਦਾ ਉੱਤੇ ਅਸਰ ਨਹੀਂ ਰਹੂਗਾ। ਤੁਸੀਂ ਪੁੱਛੋ ਕਿ ਕਿਵੇਂ, ਜਦੋਂ ਖਾਲਸੇ ਦਾ ਲੰਗਰ ਖਤਮ ਹੋਇਆ, ਆਟਾ ਦਾਣਾ ਮੁੱਕ ਗਿਆ ਸਭ ਕੋ ਖਾਲਸੇ ਕੋਲੇ, ਤੇ ਆਮ ਕਮਜ਼ੋਰ ਦਿਲ ਵਾਲਾ ਬੰਦਾ ਹੁੰਦਾ ਤੇ ਉਹਨਾਂ ਕਹਿਣਾ ਸੀ ਵੀ ਭੁੱਖੇ ਮਰ ਗਏ, ਕਿਸੇ ਨੇ ਪੁੱਛਿਆ ਪ੍ਰਸ਼ਾਦਾ ਹੈ, ਉਹ ਕਹਿੰਦੇ ਅਸੀਂ ਭੁੱਖੇ ਮਰਦੇ। ਪਰ ਜਦੋਂ ਖਾਲਸੇ ਨੂੰ ਪੁੱਛਿਆ ਵੀ ਪ੍ਰਸ਼ਾਦਾ ਹੈ, ਉਹ ਕਹਿੰਦੇ ਲੰਗਰ ਮਸਤ ਆ, ਉਹ ਕਹਿੰਦੇ ਲੰਗਰ ਮੁੱਕਿਆ ਨਹੀਂ ਆ, ਉਹ ਕਹਿੰਦੇ ਲੰਗਰ ਮਸਤ ਆ। ਵੇਖੋ ਮੁਸੀਬਤ ਨੂੰ ਮਖੌਲ ਕਿੱਦਾਂ ਕਰੀਦੇ ਆ। ਤੇ ਜੇ ਕਿਸੇ ਦੀ ਲੜਦਿਆਂ ਦੀ ਬਾਂਹ ਵੱਢੀ ਗਈ, ਇਹ ਨਹੀਂ ਸਮਝਿਆ ਕਿ ਉਹ ਨਕਾਰਾ ਵਾ ਕਿਸੇ ਕੰਮ ਦਾ ਨਹੀਂ, ਉਹਦੇ ਦਿਲ 'ਚ ਕਮਜ਼ੋਰੀ ਆ ਜਾਊਗੀ। ਜੇ ਪੁੱਛਿਆ ਇਹ ਕੌਣ ਆ, ਆਪਾਂ ਅੱਜ ਕੱਲ੍ਹ ਟੁੰਡਾ ਕਹਿ ਦਿੰਦੇ, ਉਹ ਕਹਿੰਦੇ ਨਹੀਂ ਇਹ ਤੇ ਲੱਖ ਬਾਹ ਹੈ, ਇਹਦੀਆਂ ਤਾਂ ਲੱਖਾਂ ਹੀ ਬਾਹਾਂ ਨੇ, ਏਡਾ ਹਿੰਮਤੀ ਬੰਦਾ।
ਤੇ ਜੇ ਕਿਸੇ ਦੇ ਨੇਤਰ ਚਲੇ ਗਏ, ਅੱਖਾਂ ਤੋਂ ਅੰਨਾ ਹੋ ਗਿਆ, ਉਹਨੂੰ ਅੰਨਾ ਕਹਿ ਕੇ ਨਹੀਂ ਦੁਰਕਾਰਿਆ, ਇਹ ਤਾਂ ਸਾਡਾ ਸੂਰਮਾ ਹੈ। ਖਾਲਸੇ ਤੋਂ ਮੁੱਕ ਗਏ ਬਦਾਮ ਤੇ ਹੱਥਾਂ 'ਚ ਰਹਿ ਗਏ ਸਿਰਫ ਛੋਲਿਆਂ ਦੀਆਂ ਮੁੱਠਾਂ, ਤੇ ਖਾਲਸੇ ਨੇ ਕੀ ਕਿਹਾ ਫਿਰ? ਭੁੱਖੇ ਮਰਦੇ ਆ ਗਰੀਬੀ ਦੇ ਦੇਣ, ਉਹਨਾਂ ਛੋਲਿਆਂ ਦਾ ਨਾਂ ਹੀ ਬਦਾਮ ਧਰਤਾ, ਵੀ ਅੱਜ ਲੰਗਰ 'ਚ ਬਦਾਮ ਬਣੇ। ਬੜੇ ਬੋਲੇ ਨੇ ਸਿੰਘਾਂ ਦੇ, ਜੇ ਇਕੱਲਾ ਸਿੱਖ ਤੁਰਿਆ ਜਾਂਦਾ, ਇਕੱਲਾ ਰਹਿ ਗਿਆ, ਬਾਕੀ ਸ਼ਹੀਦ ਹੋ ਗਏ। ਕਿਸੇ ਪੁੱਛਿਆ ਸਿੰਘਾਂ ਇਕੱਲਾ ਵਾਂ, ਕਹਿੰਦਾ ਨਹੀਂ 1.25 ਲੱਖ ਫੌਜ ਆ, ਇਕੱਲਾ ਨਹੀਂ ਆ ਮੈਂ। ਮਨੋਵਿਗਿਆਨ ਕਹਿੰਦਾ ਤੂੰ ਮੁਸੀਬਤ ਨੂੰ ਮਖੌਲ ਕਰਨਾ ਸ਼ੁਰੂ ਕਰਦੇ ਜਾ, ਤੇਰਾ ਵਾਲ ਵਿੰਗਾ ਨਹੀਂ ਹੋਊਗਾ। ਕਿੱਥੋਂ ਗੁਰੂ ਗੋਬਿੰਦ ਸਿੰਘ ਜੀ ਨੇ ਕਾਢ ਕੱਢੀ ਹੈ? ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਪ੍ਰਿੰਸੀਪਲ ਸਤਬੀਰ ਸਿੰਘ ਜੀ ਲਿਖਦੇ ਨੇ, ਉਹ ਕਹਿੰਦੇ ਨੇ ਵੀ ਹਦੀਸਾਂ ਵਿੱਚ ਲਿਖਿਆ ਹੈ ਵੀ ਖੁਦਾ ਨੂੰ ਬੰਦਾ ਬਣਾਉਣ ਵਾਸਤੇ 230 ਸਾਲ ਲੱਗੇ, ਪਰ ਫਿਰ ਵੀ ਇਹ ਬੰਦਾ ਨਹੀਂ ਬਣਿਆ। ਸ਼ੈਤਾਨ ਦੇ ਅੱਗੇ ਬੰਦਾ ਹਾਰ ਜਾਂਦਾ, ਸ਼ੈਤਾਨ ਦੇ ਅੱਗੇ ਬੰਦਾ ਹਾਰ ਜਾਂਦਾ। ਸ਼ੈਤਾਨ ਕਲਯੁੱਗ ਕਹਿ ਲਓ, ਆਪਣਾ ਮਨ ਕਹਿ ਲਓ, ਇਹੀ ਸ਼ੈਤਾਨ ਆ, ਹੋਰ ਕਿਹੜਾ ਸ਼ੈਤਾਨ ਦੁਨੀਆਂ 'ਚ। ਮਨ ਦੇ ਅੱਗੇ ਬੰਦਾ ਹਾਰ ਜਾਂਦਾ ਹੈ। ਸਾਰੇ ਫਰਿਸ਼ਤਿਆਂ ਨੇ ਬੰਦੇ ਨੂੰ ਮੱਥਾ ਟੇਕਿਆ, ਪਰ ਸ਼ੈਤਾਨ ਨੇ ਨਹੀਂ ਟੇਕਿਆ। ਉਹ ਕਹਿੰਦਾ ਮੇਰੇ ਸਾਹਮਣੇ ਕੀ ਹੈ? ਕੁਝ ਵੀ ਨਹੀਂ। ਵਾਕਿਆ ਹੀ ਮਨ ਬੰਦੇ ਨੂੰ ਜਿੱਤ ਲੈਂਦਾ ਹੈ, ਕਾਮ ਬੰਦੇ ਨੂੰ ਜਿੱਤ ਲੈਂਦਾ ਹੈ, ਕ੍ਰੋਧ ਬੰਦੇ ਨੂੰ ਜਿੱਤ ਲੈਂਦਾ, ਕ੍ਰੋਧ ਦੇ ਸਾਹਮਣੇ ਬੰਦਾ ਕੀ ਹੈ? ਕੁਝ ਵੀ ਨਹੀਂ। ਲੋਭ ਦੇ ਸਾਹਮਣੇ ਬੰਦਾ ਕੀ ਹੈ? ਹਰੇਕ ਦਾ ਮੁੱਲ ਆ, ਕੋਈ ਇੰਨਿਆਂ ਤੇ ਡਿੱਗੂਗਾ ਤੇ ਕੋਈ ਪੰਡਾਂ ਤੇ ਡਿੱਗ ਪਊਗਾ, ਡਿੱਗਦੇ ਸਾਰੇ ਹੀ ਆ। ਪਰ ਪ੍ਰਿੰਸੀਪਲ ਸਾਹਿਬ ਲਿਖਦੇ, ਉਹ ਲਿਖਦੇ ਨੇ ਕਿ ਜਿਹੜਾ ਖਾਲਸਾ 230 ਸਾਲ ਲਾ ਕੇ 10 ਪਾਤਸ਼ਾਹੀਆਂ ਨੇ ਬਣਾਇਆ, ਇਹਨਾਂ ਅੱਗੇ ਸ਼ੈਤਾਨ ਵੀ ਝੁੱਕ ਗਿਆ। ਨਾ ਤੇ ਇਸ ਖਾਲਸੇ ਨੂੰ ਪੈਸਾ ਖਰੀਦ ਸਕਦਾ, ਨਾ ਇਸ ਖਾਲਸੇ ਨੂੰ ਰਾਜ ਭਾਗ ਬਾਦਸ਼ਾਹੀਆਂ ਵਜ਼ੀਰੀਆਂ ਕੁਰਸੀਆਂ ਖਰੀਦ ਸਕਦੀਆਂ, ਤੇ ਨਾ ਹੀ ਦੁਨੀਆਂ ਦੇ ਸਰੀਰ ਸੋਹਣੇ ਜਿਹੜੇ ਮੰਨੇ ਜਾਂਦੇ ਇਹਨਾਂ ਨੂੰ ਡਲਾ ਸਕਦੇ ਨੇ। ਇਸ ਖਾਲਸੇ ਨੇ ਤੇ ਕਲਯੁੱਗ ਨੂੰ ਵੀ ਹਰਾਤਾ, ਸ਼ੈਤਾਨ ਨੂੰ ਵੀ ਹਰਾਤਾ, ਤੇ ਇਸ ਖਾਲਸੇ ਦੀ ਉਸਤਤ ਵਿੱਚ ਭਾਈ ਸੰਤੋਖ ਸਿੰਘ ਜੀ ਲਿਖਦੇ, ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਹੈ ਅਤ ਨੀਕੋ, ਵਾਹਿਗੁਰੂ ਜੀ ਕੀ ਮਿਲ ਫਤਿਹ ਸੋ ਬੁਲਾਈ ਹੈ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਹ ਕਹਿੰਦੇ ਨੇ ਵੀ ਵਾਹਿਗੁਰੂ ਦਾ ਜਿਹੜਾ ਖਾਲਸਾ ਹੈ, ਇਹਦੇ ਵਰਗਾ ਸੋਹਣਾ ਕੋਈ ਦੁਨੀਆਂ 'ਚ ਨਹੀਂ। ਮਨ ਕਰਕੇ ਬਾਣੇ ਕਰਕੇ ਬਾਣੀ ਕਰਕੇ ਤੇ ਵਾਹਿਗੁਰੂ ਦੀ ਹੀ ਫਤਿਹ ਸੰਸਾਰ ਦੇ ਵਿੱਚ, ਇਹ ਖਾਲਸੇ ਦੀ ਫਤਿਹ। ਕਿਉਂ ਇਹ ਜੁੜ ਕਿਹਦੇ ਨਾਲ ਗਿਆ? ਵਾਹਿਗੁਰੂ ਦੇ ਨਾਲ। ਅੱਗੇ ਉਹ ਲਿਖਦੇ ਨੇ ਵੀ ਬੜੇ ਬੜੇ ਕਰਾਮਾਤੀ ਲੋਕ ਦੁਨੀਆਂ 'ਚ ਹੋਏ,
ਪਰ ਖਾਲਸੇ ਨੇ ਹਿੰਦੂ ਔਰ ਤੁਰਕ ਕੀ ਕਾਨ ਹੂੰ ਮਿਟਾਈ ਹੈ। ਕਿਸੇ ਦੀ ਕਾਨ ਨਹੀਂ, ਕਨੌੜ ਨਹੀਂ। ਖਾਲਸਾ ਕਾਹਦੇ ਵਾਸਤੇ ਪੈਦਾ ਕੀਤਾ? ਧਰਮ ਚਲਾਵ ਨੇ ਕੋ, ਅਸੁਰ ਸੰਘਾਰ ਵੇ ਕੋ, ਗੁਰੂ ਗੁਰੂ ਜਾਪ ਵੇ ਕੋ ਨਈ ਰੀਤੀ ਹੂੰ ਚਲਾਈ ਹੈ। ਕਵੀ ਸੈਨਾਪਤੀ ਲਿਖਦਾ ਕਿ ਖਾਲਸਾ ਸੰਸਾਰ ਵਿੱਚ ਕਾਹਦੇ ਵਾਸਤੇ ਆਇਆ? ਤਾਂ ਸਭ ਤੋਂ ਪਹਿਲਾਂ ਭਾਈ ਦਇਆ ਰਾਮ ਖੱਤਰੀ ਉੱਠਿਆ। ਕਹਿੰਦੇ ਲਹੂ ਦੇ ਨਾਲ ਭਿੱਜੀ ਹੋਈ ਸ੍ਰੀ ਸਾਹਿਬ ਲੈ ਕੇ ਜਦੋਂ ਦੂਜੀ ਵਾਰੀ ਸਟੇਜ ਤੇ ਪਰਤੇ ਨੇ, ਫਿਰ ਅੱਧੀ ਦੁਨੀਆਂ ਉੱਠ ਗਈ ਆ ਉੱਥੇ, ਅੱਧੀ ਦੁਨੀਆਂ ਉੱਠ ਗਈ। ਕਈਆਂ ਨੂੰ ਭੁਲੇਖਾ ਸੀ, ਉਹ ਲਹੂ ਨਾਲ ਭਿੱਜੀ ਨੇ ਕੱਢ ਦਿੱਤਾ। ਇਤਿਹਾਸ ਤੇ ਇੱਥੋਂ ਤੱਕ ਕਹਿੰਦਾ ਕਿ ਮਸੰਦਾਂ ਨੇ ਜਾ ਕੇ ਮਾਤਾ ਜੀ ਨੂੰ ਬੇਨਤੀ ਕੀਤੀ ਵੀ ਮਹਾਰਾਜ ਨੂੰ ਨਾ ਚੰਡੀ ਪੁੱਠੀ ਪੈ ਗਈ ਹੈ। ਜਿਹੜੀ ਚੰਡੀ ਸੀ ਨਾ, ਪ੍ਰਗਟ ਕਰਨੀ ਸੀ, ਪਰਖ ਕੀਤੀ ਸੀ ਬ੍ਰਾਹਮਣਾਂ ਦੀ, ਉਹ ਪੁੱਠੀ ਪੈ ਗਈ ਆ ਮਹਾਰਾਜ ਸੱਚੇ ਪਾਤਸ਼ਾਹ ਨੂੰ, ਤੇ ਮਹਾਰਾਜ ਨੂੰ ਗੱਦੀ ਤੋਂ ਥੱਲੇ ਲਾ ਕੇ ਵੱਡੇ ਸਾਹਿਬਜ਼ਾਦੇ ਨੂੰ ਬਿਠਾ ਦਈਏ, ਉਹ ਸਿਆਣਾ ਵਾ। ਮਸੰਦਾਂ ਨੇ ਜਾ ਕੇ ਪੈਰ ਫੜ ਲਏ ਮਾਤਾ ਜੀ, ਪਰ ਮਾਤਾ ਜੀ ਜਾਣੀ ਜਾਣ ਸੀ ਕਿ ਜੋ ਮਹਾਰਾਜ ਦਾ ਹੁਕਮ ਆ ਪਰਮੇਸ਼ਰ ਦਾ ਉਹ ਕਰਦੇ ਪਏ। ਤਾਂ ਦੂਸਰੇ ਫਿਰ ਉੱਠੇ ਸੀਸ ਦੇਣ ਵਾਸਤੇ ਭਾਈ ਧਰਮਦਾਸ, ਭਾਈ ਧਰਮਚੰਦ ਜੀ, ਹਸਤਨਾਪੁਰ ਦਿੱਲੀ ਦੇ ਰਹਿਣ ਵਾਲੇ। ਦਿੱਲੀ ਤੋਂ ਧਰਮ ਆ ਸਕਦਾ ਹੈ? ਰਾਜਨੀਤੀ ਤੇ ਬੜੀ ਆਉਂਦੀ ਹੈ। ਦਿੱਲੀ ਤੋਂ ਤੇ ਕੁਰਸੀਆਂ ਲੈ ਕੇ ਆਉਂਦੇ ਆ ਧਰਮ ਦਾ ਸੌਦਾ ਕਰਕੇ, ਧਰਮ ਤਾਂ ਨਹੀਂ ਅਜੇ ਤੱਕ ਆਇਆ ਦਿੱਲੀ ਦਾ। ਪਰ ਜੇ ਦਿੱਲੀ ਚੋਂ ਧਰਮ ਆ ਗਿਆ ਹੈ ਤੇ ਫਿਰ ਖਾਲਸਾ ਖਤਮ ਨਹੀਂ ਹੋ ਸਕਦਾ। ਤੀਸਰੇ ਉੱਠੇ ਨੇ ਭਾਈ ਮੋਹਕਮ ਚੰਦ, ਚੌਥੇ ਉੱਠੇ ਨੇ ਭਾਈ ਹਿੰਮਤ ਚੰਦ, ਚੌਥੇ ਉੱਠੇ ਨੇ ਭਾਈ ਮੋਹਕਮ ਚੰਦ, ਤੇ ਸਭ ਤੋਂ ਅਖੀਰ ਤੇ ਭਾਈ ਸਾਹਿਬ ਦਾਸ, ਜਿਨ੍ਹਾਂ ਨੂੰ ਦੁਨੀਆ ਜਾਤ ਪਾਤ ਕਰਕੇ ਬੜਾ ਨੀਵਾਂ ਮੰਨਦੀ ਸੀ, ਪਰ ਉਹ ਵੀ ਪੰਜਾਂ ਦੇ ਵਿੱਚ ਸ਼ਾਮਿਲ ਹੋਏ। ਪੰਜਾਂ ਨੂੰ ਪੰਜ ਪਿਆਰਿਆਂ ਦੀ ਉਪਾਧੀ ਦਿੱਤੀ। ਥੋੜ੍ਹਾ ਜਿਹਾ ਉੱਥੇ ਵਾਪਸ ਪਰਤਾਂ ਵੀ, ਕਈ ਕਹਿੰਦੇ ਨੇ ਵੀ ਬੱਕਰੇ ਵੱਢੇ, ਪਰ ਸਿਆਣੇ ਬੰਦੇ ਜਾਣਦੇ ਨੇ ਵੀ ਜਦੋਂ ਅਧਿਆਪਕ ਪਰਚਾ ਪਾਉਂਦਾ ਨਾ, ਜਦੋਂ ਅਧਿਆਪਕ ਬੱਚਿਆਂ ਦਾ ਟੈਸਟ ਲੈਂਦਾ, ਐਗਜ਼ਾਮ ਲੈਂਦਾ, ਜੇ ਉਹ ਪਹਿਲਾਂ ਹੀ ਦੱਸ ਦੇਵੇ ਨਾ ਵੀ ਆਹ ਪ੍ਰਸ਼ਨ ਆਉਣੇ, ਤੇ ਫਿਰ ਤੇ ਬੜਾ ਵੱਡਾ ਧੋਖਾ ਵਾ। ਅਧਿਆਪਕ ਵਾਸਤੇ ਵੀ ਪੱਖਬਾਜ਼ੀ ਹੈ ਤੇ ਬੱਚਿਆਂ ਵਾਸਤੇ। ਅਸਲੀ ਅਧਿਆਪਕ ਉਹ ਹੈ ਜਿਹੜਾ ਕਦੀ ਦੱਸਦਾ ਨਹੀਂ ਵੀ ਪ੍ਰਸ਼ਨ ਕਿਹੜੇ ਆਉਣੇ ਨੇ, ਪੜ੍ਹਾਈ ਪੂਰੀ ਕਰਾਉਂਦਾ ਵੀ ਆਉਣਾ ਇਹਨਾਂ ਚੋਂ ਹੀ, ਮਿਹਨਤ ਪੂਰੀ ਕਰਾਉਂਦਾ ਹੈ, ਤੇ ਜਿਹੜੇ ਉਹਦੇ ਪਰਚੇ ਚੋਂ ਪਾਸ ਹੋ ਜਾਣ ਫਿਰ ਉਹ ਜ਼ਿੰਦਗੀ ਦੇ ਪਰਚਿਆਂ ਚੋਂ ਵੀ ਪਾਸ ਹੋਣ ਲੱਗ ਪੈਂਦੇ, ਵੱਡੇ ਹੋ ਕੇ ਜ਼ਿੰਦਗੀ 'ਚ ਕਾਮਯਾਬ ਹੋ ਜਾਂਦੇ ਆ।
ਅੱਜ ਕੱਲ ਚੱਲਦਾ ਨਾ ਕਹਿੰਦੇ ਜੀ ਪੇਪਰ ਲੀਕ ਹੋ ਗਿਆ, ਉਹ ਲੀਕ ਹੋਣਾ ਇਹੀ ਆ ਮੇਰੇ ਖਿਆਲ ਵੀ ਦੱਸਤਾ ਜਾਂ ਪਤਾ ਲੱਗ ਗਿਆ। ਜਦੋਂ ਇੱਕ ਅਧਿਆਪਕ ਹੀ ਨਹੀਂ ਦੱਸਦਾ ਵਿਦਿਆਰਥੀਆਂ ਨੂੰ ਵੀ ਪਰਚਾ ਕੀ ਪੈਣਾ, ਤੇ ਦਸਵੇਂ ਪਾਤਸ਼ਾਹ ਨੇ ਦੱਸਣੇ ਸੀ ਵੀ ਬੱਕਰੇ ਲਿਆ ਕੇ ਅੰਦਰ ਬੰਨ ਲਓ ਤੇ ਆਪਾਂ ਚੋਰੀ ਵੱਢ ਲਾਂਗੇ। ਗੁਰਬਾਣੀ ਇਹਨਾਂ ਗੱਲਾਂ ਨੂੰ ਨਹੀਂ ਮੰਨਦੀ। ਗੁਰਬਾਣੀ ਕਹਿੰਦੀ ਬ੍ਰਹਮ ਗਿਆਨੀ ਕੌਣ ਆ, ਮਨ ਸਾਚਾ ਮੁੱਖ ਸਾਚਾ ਸੋਏ ਅਵਰ ਨਾ ਪੇਖੇ ਕਿਸ ਬਿਨ ਕੋਏ ਨਾਨਕੇ ਲੱਛਣ। ਧੰਨ ਗੁਰੂ ਗੋਬਿੰਦ ਸਿੰਘ ਜੀ ਆਪ ਜਫਰਨਾਮੇ ਚ ਲਿਖਦੇ ਔਰੰਗਜ਼ੇਬ ਤੂੰ ਮਰਦ ਨਹੀਂ ਹੈ। ਸਵਾਲ ਹੋਵੇ ਜੀ ਮਰਦ ਕੌਣ ਆ, ਇਹਦੇ ਮਰਦ ਉਹ ਆ ਜਿਹਦੀ ਜ਼ਬਾਨ ਤੇ ਵੀ ਸੱਚ ਹੋਵੇ ਤੇ ਢਿੱਡ ਚ ਵੀ ਸੱਚ ਹੋਵੇ। ਤੇਰੇ ਢਿੱਡ ਚ ਕੁਝ ਹੋਰ ਆ, ਜ਼ਬਾਨ ਤੇ ਕੁਝ ਹੋਰ ਆ, ਔਰੰਗਜ਼ੇਬ ਤੂੰ ਮਰਦ ਨਹੀਂ ਹੈ। ਇਹੋ ਜੇ ਬਚਨ ਕਰਨ ਵਾਲਾ ਗੁਰੂ ਸਿੱਖਾਂ ਨੂੰ ਧੋਖਾ ਦੇਵੇ? ਜੇ ਕਿਤੇ ਮਹਾਰਾਜ ਨੇ ਬੱਕਰੇ ਵੱਢੇ ਹੁੰਦੇ ਤੇ ਅੱਜ ਸਿੱਖ ਕੌਮ ਖਤਮ ਸੀ ਕਹਾਣੀ ਇਹ ਸਿੱਖ ਧਰਮ ਦੀ। ਇਸ ਪਾਸੇ ਨਾ ਜਾਵਾਂ। ਪੰਜਾਂ ਪਿਆਰਿਆਂ ਦੀ ਸਾਜਣਾ ਕੀਤੀ ਗਈ ਤੇ ਫਿਰ ਇੱਕ ਅਦਭੁਤ ਘਟਨਾ ਉੱਥੇ ਵਾਪਰੀ। ਸਮਾਪਤੀ ਦਾ ਸਮਾਂ ਹੋ ਰਿਹਾ। ਅਦਭੁਤ ਘਟਨਾ ਇਹ ਵਾਪਰੀ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਸਿੰਘਾਸਨ ਤੋਂ ਥੱਲੇ ਉੱਤਰ ਕੇ ਹੱਥ ਜੋੜ ਕੇ ਕਹਿੰਦੇ ਮੈਨੂੰ ਵੀ ਅੰਮ੍ਰਿਤ ਛਕਾਓ, ਖਾਲਸਾ ਜੀ ਮੈਨੂੰ ਵੀ ਗੋਬਿੰਦ ਸਿੰਘ ਬਣਾਓ ਗੋਬਿੰਦ ਰਾਏ ਤੋਂ। ਪੰਜ ਪਿਆਰੇ ਹੈਰਾਨ ਪਰੇਸ਼ਾਨ, ਇਹ ਨਹੀਂ ਹੋ ਸਕਦਾ। ਅੱਜ ਤੱਕ ਗੁਰੂ ਚੇਲੇ ਦੀ ਪਰੰਪਰਾ ਹੈ, ਅੱਜ ਤੱਕ ਗੁਰੂ ਨੇ ਸਿੱਖ ਬਣਾਏ ਨੇ, ਪਰ ਅੱਜ ਸਿੱਖ ਗੁਰੂ ਦਾ ਗੁਰੂ ਬਣੇ ਤੇ ਗੁਰੂ ਬਣ ਜੇ ਸਿੱਖ, ਇਹ ਕਦੀ ਇਤਿਹਾਸ 'ਚ ਨਹੀਂ ਹੋਇਆ। ਹਿੰਦੂ ਧਰਮ ਕਿੱਡਾ ਸਤਿਕਾਰਯੋਗ ਤੇ ਕਿੰਨਾ ਪੁਰਾਣਾ ਧਰਮ, ਆਪਣੀ ਸੱਭਿਅਤਾ ਉਹ ਸਾਂਭੀ ਬੈਠੇ ਨੇ, ਭਾਵੇਂ ਲੋਕ ਅੱਜ ਉਹਨਾਂ ਨੂੰ ਮਖੌਲ ਹੀ ਕਰਦੇ ਦੇਵੀ ਦੇਵਤਿਆਂ ਦੇ ਨਾਂ ਤੇ, ਪਰ ਉਹ ਆਪਣੇ ਕਾਇਦੇ ਤੇ ਕਾਇਮ ਆ। ਪਰ ਹਿੰਦੂ ਧਰਮ ਦੇ ਵਿੱਚ ਇੱਕ ਵੀ ਉਦਾਹਰਣ ਨਹੀਂ ਇਹੋ ਜਿਹੀ ਆਊਗੀ ਵੀ ਗੁਰੂ ਨੇ ਭਗਵਾਨ ਨੇ ਆਪਣੇ ਚੇਲੇ ਤੋਂ ਆਪਣੇ ਸਿੱਖ ਤੋਂ ਹੱਥ ਜੋੜ ਕੇ ਦੀਖਿਆ ਮੰਗੀ ਹੋਏ ਵੀ ਤੂੰ ਮੇਰਾ ਗੁਰੂ ਬਣ। ਇਸਲਾਮ ਧਰਮ ਅੱਜ ਦੁਨੀਆ ਦੀ ਦੂਜੇ ਨੰਬਰ ਦੀ ਗਿਣਤੀ ਹੈ, ਈਸਾਈ ਧਰਮ ਅੱਜ ਦੁਨੀਆ ਦੀ ਇੱਕ ਨੰਬਰ ਦੀ ਗਿਣਤੀ ਹੈ, ਗਿਣਤੀ ਵਿੱਚ ਉਹ ਇੱਕ ਨੰਬਰ ਤੇ ਵੱਧ ਨੇ ਸਾਰੀ ਦੁਨੀਆ 'ਚ। ਪਰ ਉਹਨਾਂ ਨੇ ਆਪਣੇ ਚੇਲਿਆਂ ਨੂੰ ਭੇਡਾਂ ਦਾ ਰੁਤਬਾ ਦਿੱਤਾ, ਭੇਡਾਂ ਦਾ। ਈਸਾ ਜੀ ਕਿੱਡੇ ਵੱਡੇ ਬ੍ਰਹਮ ਗਿਆਨੀ ਨੇ, ਉਹਨਾਂ ਨੇ ਆਖਿਆ ਵੀ ਮੈਂ ਆਜੜੀਆਂ ਤੇ ਤੁਸੀਂ ਮੇਰੀਆਂ ਭੇਡਾਂ। ਔਰ ਇੱਕੋ ਇੱਕ ਸਿੱਖਾਂ ਦੇ ਵਿੱਚ ਐਸੀ ਰਵਾਇਤ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਕਿੱਡਾ ਵੱਡਾ ਰੁਤਬਾ ਦੇ ਤਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ, ਖਾਲਸਾ ਮੇਰੋ ਸੱਜਣ ਸੂਗਾ, ਖਾਲਸਾ ਮੇਰੋ ਸਤਿਗੁਰ ਪੂਰਾ, ਤੇ ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪਿੰਡ ਪ੍ਰਾਣ।
ਅਦਭੁਤ ਘਟਨਾ ਸੀ ਜਿਹਨੂੰ ਭਾਈ ਗੁਰਦਾਸ ਜੀ ਜਿਹੜੇ ਦੂਜੇ ਹੋਏ ਨੇ ਜਿਨ੍ਹਾਂ ਨੇ ਲਿਖਿਆ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ ਐਸਾ ਖਾਲਸਾ ਪੰਥ ਮਹਾਰਾਜ ਨੇ ਸਾਜਿਆ। ਵੈਸੇ ਦੁਨੀਆਂ ਵਿੱਚ ਚਾਰ ਖਾਣੀਆਂ ਨੇ ਜੀ, ਅੰਡ ਜਜੇਰਜ ਉਤਪਜ, ਚਾਰ ਤਰ੍ਹਾਂ ਦੁਨੀਆਂ ਪੈਦਾ ਹੁੰਦੀ। ਅੱਜ ਤੁਸੀਂ ਪੰਜਵਾਂ ਦੇਖੋ, ਖੰਡੇ ਦੀ ਧਾਰ ਤੋਂ ਖਾਲਸਾ ਪੈਦਾ ਹੋ ਰਿਹਾ, ਖਾਲਸਾ ਸਾਜਿਆ ਜਾ ਰਿਹਾ। ਖੰਡਾ ਲੋਹੇ ਦਾ ਪਾਤਰ ਹੈ, ਲੋਹੇ ਦਾ ਬਣਿਆ ਹੈ ਤੇ ਬਾਟਾ ਵੀ ਲੋਹੇ ਦਾ ਹੈ, ਪਰ ਜਿਹੜਾ ਵਿੱਚ ਪਾਣੀ ਹੈ ਤੇ ਪਾਣੀ ਦੁਨੀਆਂ ਦੇ ਸਭ ਪਦਾਰਥਾਂ ਦੇ ਵਿੱਚੋਂ ਸੂਖਮ ਮੰਨਿਆ ਜਾਂਦਾ ਤੇ ਪਾਣੀ ਵਿੱਚ ਜਿਹੜੇ ਪਤਾਸੇ ਨੇ, ਘਾੜਤ ਲੋਹੇ ਵਿੱਚ ਘੜੀ ਜਾ ਰਹੀ ਆ ਪਰ ਮਿੱਠਾ ਵਿੱਚ ਪਤਾਸਿਆਂ ਦਾ। ਸਖਤ ਤੂੰ ਲੋਹੇ ਵਰਗਾ ਹੋਵੇ ਤੇ ਮਿਠਾਸ ਤੇਰੇ ਵਿੱਚ ਪਤਾਸਿਆਂ ਵਰਗੀ ਹੋਵੇ, ਇਹੋ ਜਿਹੀ ਭਾਵਨਾ, ਇਹੋ ਜਿਹਾ ਪ੍ਰੈਕਟੀਕਲ ਵੀ ਏਕ ਪਿਤਾ ਏਕ ਸਕੇ ਹਮ ਬਾਰਕ, ਐਸੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਾਜਣਾ ਕੀਤੀ। ਆਪ ਸਰਬੱਤ ਸੰਗਤਾਂ ਨੂੰ ਖਾਲਸਾ ਦੇ ਸਾਜਣਾ ਦਿਵਸ ਦੀ ਦਮਦਮੇ ਟਕਸਾਲ ਦੇ ਮੁਖੀ ਮਹਾਂਪੁਰਖ ਸ਼੍ਰੀ ਬਾਲ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਵੱਲੋਂ ਲੱਖ ਲੱਖ ਵਧਾਈ ਪ੍ਰਾਪਤ ਹੋਵੇ ਜਿਨ੍ਹਾਂ ਦੀ ਦੇਖ ਰੇਖ ਵਿੱਚ ਧੰਨ ਬਾਬਾ ਜਵਾਹਰਦਾਸ ਜੀ ਦੇ ਪਵਿੱਤਰ ਸਥਾਨ ਦੀ ਸੇਵਾ ਚੱਲ ਰਹੀ ਹੈ। ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ 13, 14, 15 ਮਈ ਜਿਹੜਾ ਮਹਾਂਪੁਰਖਾਂ ਨੇ ਜੋੜ ਮੇਲਾ ਆਪਣੇ ਹੁੰਦਿਆਂ ਹੀ ਉਹਨਾਂ ਦੇ ਸੇਵਕਾਂ ਵੱਲੋਂ ਸ਼ੁਰੂ ਹੋਇਆ ਸੀ, ਉਹ ਜੋੜ ਮੇਲਾ ਤਕਰੀਬਨ ਉਸ ਨੂੰ ਵੀ 100 ਸਾਲ ਹੋ ਜਾਣਾ ਹੈ ਸੰਗਤਾਂ ਨੂੰ ਮਨਾਉਂਦਿਆਂ, ਅਤੇ ਧੰਨ ਬਾਬਾ ਜਵਾਹਰਦਾਸ ਜੀ ਉਹਨਾਂ ਨੂੰ ਸਰੀਰ ਛੱਡਿਆਂ ਨੂੰ ਵੀ 100 ਸਾਲ ਹੋ ਜਾਣਾ ਇਸੇ ਸਾਲ ਹੀ 2019 'ਚ 12 ਅੱਸੂ ਨੂੰ, ਜਿੱਥੇ ਮਹਾਂਪੁਰਖਾਂ ਦਾ ਨਿਸ਼ਾਨ ਸਾਹਿਬ ਦਾ ਜੋੜ ਮੇਲਾ ਬੜੀ ਚੜ੍ਹਦੀ ਕਲਾ ਨਾਲ ਮਨਾਇਆ ਜਾਣਾ ਹੈ। ਉਹਦੀਆਂ ਡੇਟਾਂ ਇਸ ਵਾਰ ਆ ਰਹੀਆਂ ਨੇ 13, 14 ਤੇ 15 ਮਈ, 15 ਦੀ ਸੰਗਰਾਂਦ ਆ ਰਹੀ ਇਸ ਵਾਰ ਅਤੇ ਸੰਗਰਾਂਦ 'ਤੇ ਜੋੜ ਮੇਲਾ ਆਪ ਜੀ ਜਾਣਦੇ। ਇਸੇ ਤਰ੍ਹਾਂ ਜਿਹੜਾ ਮਹਾਂਪੁਰਖਾਂ ਦਾ 2019 ਇਸੇ ਸਾਲ 'ਚ ਹੀ 100 ਸਾਲਾ ਆ ਰਿਹਾ ਵਾ, ਉਹ 100 ਸਾਲਾ ਜਿਹੜਾ ਹੈ ਉਹ ਮਹਾਂਪੁਰਖਾਂ ਵੱਲੋਂ ਬੜੀ ਚੜ੍ਹਦੀ ਕਲਾ ਨਾਲ 12 ਅੱਸੂ ਨੂੰ ਮਨਾਇਆ ਜਾਣਾ ਹੈ। ਅਤੇ ਇਸੇ ਸਾਲ ਹੀ ਧੰਨ ਗੁਰੂ ਨਾਨਕ ਦੇਵ ਸਾਹਿਬ ਦਾ 550 ਸਾਲਾ ਵੀ ਪ੍ਰਕਾਸ਼ ਪੁਰਬ ਆ ਰਿਹਾ ਹੈ, ਜਿਹੜਾ ਸ਼੍ਰੀ ਸੁਲਤਾਨਪੁਰ ਸਾਹਿਬ ਦੀ ਧਰਤੀ 'ਤੇ ਬੜੀ ਚੜ੍ਹਦੀ ਕਲਾ ਨਾਲ ਮਨਾਇਆ ਜਾਣਾ ਹੈ। ਇਹ ਬੇਨਤੀਆਂ ਸਾਰੀਆਂ ਸੰਗਤਾਂ ਨੇ ਪ੍ਰਵਾਨ ਕਰਦੀਆਂ, ਵੱਧ ਤੋਂ ਵੱਧ ਸੇਵਾਵਾਂ ਦੇ ਵਿੱਚ ਹਾਜ਼ਰੀਆਂ ਭਰਦੀਆਂ, ਕਿਉਂਕਿ ਕਾਰ ਸੇਵਾ ਮਹਾਂਪੁਰਖਾਂ ਵੱਲੋਂ ਬੜੀ ਚੜ੍ਹਦੀ ਕਲਾ ਨਾਲ ਕਰਵਾਈ ਜਾ ਰਹੀ ਹੈ। ਨਿਸ਼ਾਨ ਸਾਹਿਬ ਦੇ ਪੱਥਰ ਦੀ ਸੇਵਾ ਵੀ ਹੋ ਰਹੀ ਹੈ, ਔਰ ਪੱਥਰ ਬਹੁਤ ਮਹਿੰਗਾ, ਜਿਹਨੂੰ ਆਪਾਂ ਮਕਰਾਣੇ ਦਾ ਮਾਰਬਲ ਕਹਿੰਦੇ ਹਾਂ, ਔਰ ਜਿਹਦੇ ਵਿੱਚ ਨਾਗ ਜੜੇ ਹੁੰਦੇ, ਕਢਾਈ ਕੀਤੀ ਹੁੰਦੀ ਹੈ, ਉਹ ਪੱਥਰ ਦੀ ਸੇਵਾ ਨਿਸ਼ਾਨ ਸਾਹਿਬ ਦੀ ਹੋਣ ਜਾ ਰਹੀ ਹੈ, ਮੇਲੇ ਤੋਂ ਪਹਿਲਾਂ ਉਹ ਹੋ ਜਾਣੀ ਹੈ। ਇਸੇ ਤਰ੍ਹਾਂ ਨਵੇਂ ਕਮਰਿਆਂ ਦੀ ਸੇਵਾ ਚੱਲ ਰਹੀ ਹੈ ਔਰ ਨਵੀਂ ਸਟੇਜ ਦੀ ਸੇਵਾ ਚੱਲ ਰਹੀ ਹੈ, ਜਿੱਥੇ ਪਹਿਲਾਂ 84 ਦੇ ਵੇਲੇ ਮੇਰੇ ਖਿਆਲ ਨਾਲ ਪੁਰਾਣੇ ਸਮੇਂ ਵਿੱਚ ਸਟੇਜ ਉੱਥੇ ਹੀ ਲੱਗਦੀ ਰਹੀ ਹੈ, ਉੱਥੇ ਹੀ ਬਾਬਾ ਜੀ ਨਵੀਂ ਸਟੇਜ ਦੀ ਸੇਵਾ ਕਰਵਾ ਰਹੇ ਨੇ।
ਸੋ ਆਪ ਸੰਗਤਾਂ ਨੇ ਬੇਨਤੀਆਂ ਪ੍ਰਵਾਨ ਕਰਨੀਆਂ। ਬਾਬਾ ਜੀ ਦੇ ਜੋੜ ਮੇਲੇ ਵਿੱਚ ਬਹੁਤ ਵੱਡੀ ਲੋੜ ਪੈਣੀ ਹੈ। ਇੱਕ ਤਾਂ ਲੋੜ ਪੈਣੀ ਹੈ ਸੇਵਾਦਾਰਾਂ ਦੀ, ਜਿਨ੍ਹਾਂ ਸੱਜਣਾਂ ਨੇ ਪ੍ਰਬੰਧ ਕਰਨਾ ਹੈ। ਸੇਵਾਦਾਰਾਂ ਦੇ ਉੱਤੇ ਜਿਹੜੇ ਪ੍ਰਬੰਧਕ ਸੱਜਣ ਲਾਉਣੇ ਪੈਣੇ ਨੇ, ਜਿਨ੍ਹਾਂ ਨੇ ਦੇਖ ਰੇਖ ਕਰਦੀ ਹੈ ਲੰਗਰ ਦੀ ਸੇਵਾ, ਪਾਰਕਿੰਗ ਦੀ ਸੇਵਾ। ਅਤੇ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਹੈ ਕਿ ਸੰਗਤ ਗੁਰਦੁਆਰੇ ਤੱਕ ਪਹੁੰਚਣ 'ਚ ਜਿਹੜੀ ਆਪਾਂ ਨੂੰ ਮੁਸ਼ਕਲ ਆਉਂਦੀ ਹੈ ਟ੍ਰੈਫਿਕ ਕਰਕੇ, ਉਹਦੀ ਵੀ ਆਪਾਂ ਨੂੰ ਦੇਖ ਰੇਖ ਸਾਰੀਆਂ ਸੰਗਤਾਂ ਨੂੰ ਰਲ ਮਿਲ ਕੇ ਕਰਨੀ ਪੈਣੀ ਹੈ। ਸੋ ਜ਼ਰੂਰ ਆਪਣਾ ਹਿੱਸਾ ਪਾਇਓ, ਕਿਸੇ ਤਰ੍ਹਾਂ ਦੀ ਵੀ ਸੇਵਾ ਹੋਵੇ, ਜੇ ਕੋਈ ਸੱਜਣ ਧਨ ਕਰਕੇ ਸੇਵਾ ਕਰ ਸਕਦਾ ਹੈ ਤਾਂ ਕਰਨ, ਮਨ ਕਰਕੇ ਭਾਵਨਾ ਰੱਖਣ ਅਤੇ ਸਰੀਰ ਕਰਕੇ ਵੀ ਸੇਵਾ ਵਿੱਚ ਜ਼ਰੂਰ ਹਿੱਸਾ ਪਾਉਣ ਦਾ ਯਤਨ ਕਰਿਓ। ਇਹ ਬੇਨਤੀ ਪ੍ਰਵਾਨ ਕਰਿਓ। ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।